ਸਤਿ ਸ਼੍ਰੀ ਅਕਾਲ, ਮੈਂ ਗੁਰਜਿੰਦਰ ਸਿੰਘ ਪੰਗੂ, ਲੋਕਰਾਣਾ ਚੈਨਲ ਪੰਜਾਬੀ 'ਤੇ ਤੁਹਾਡਾ ਸਵਾਗਤ ਹੈ। ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਪਟੇਲ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਜੀ। ਸ਼ੁਕਰੀਆ ਪੰਗੂ ਸਾਹਿਬ, ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਇਤਿਹਾਸ ਦਾ ਇੱਕ ਵੱਡਾ ਅੰਦੋਲਨ, ਕਿਸਾਨ ਅੰਦੋਲਨ, ਦਿੱਲੀ ਦੀਆਂ ਬਰੂਹਾਂ ਦੇ ਉੱਪਰ ਲੜਿਆ ਗਿਆ। ਤਮਾਮ ਇੱਕ ਉਹ ਵੱਡੀ ਤਸਵੀਰ ਸੀ। ਲੱਗਦਾ ਨਹੀਂ ਕਿ ਸ਼ਾਇਦ ਇਤਿਹਾਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੋਈ ਐਡੀ ਮੂਵਮੈਂਟ ਉੱਠੀ ਹੋਊਗੀ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਿਹੜੀ ਕਿਹੜੀ ਥਾਵਾਂ ਦੇ ਉੱਪਰੋਂ ਜਿਹੜੇ ਕਿਸਾਨ ਹੈ ਉਹਨਾਂ ਨੇ ਸ਼ਮੂਲੀਅਤ ਕੀਤੀ ਇਸ ਅੰਦੋਲਨ ਦੇ ਵਿੱਚ। ਗੱਲ ਇੱਕ ਸੀ ਕਿ ਜ਼ਮੀਨਾਂ ਚਲੀਆਂ ਜਾਣਗੀਆਂ, ਜਿਹੜੀਆਂ ਜ਼ਮੀਨਾਂ ਨੇ ਕਾਰਪੋਰੇਟਾਂ ਕੋਲ ਚਲੀਆਂ ਜਾਣਗੀਆਂ। ਕਾਰਪੋਰੇਟਾਂ ਦਾ ਵੀ ਵਿਰੋਧ ਕੀਤਾ ਸਰਕਾਰ ਦੇ ਨਾਲ ਨਾਲ ਕਿਸਾਨ ਆਗੂਆਂ ਨੇ ਅਤੇ ਕਿਸਾਨਾਂ ਨੇ। ਕਹਿੰਦੇ ਸੀ ਕਿ ਅੰਬਾਨੀ ਅਡਾਨੀ ਜ਼ਮੀਨਾਂ ਲੈ ਲੈਣਗੇ, ਸ਼ੈਲੋ ਬਣਾ ਲੈਣਗੇ, ਅਨਾਜ ਦੇ ਉੱਪਰ ਕਾਬਜ ਹੋ ਜਾਣਗੇ, ਜਿਹੜੇ ਤਿੰਨੋਂ ਖੇਤੀ ਕਾਨੂੰਨ ਨੇ, ਤਿੰਨੋਂ ਖੇਤੀ ਕਾਨੂੰਨ ਅਸੀਂ ਰੱਦ ਕਰਵਾਉਣਾ ਚਾਹੁੰਦੇ ਹਾਂ। ਆਹ ਕਹਿਣਾ ਸੀ ਕਿਸਾਨਾਂ ਦਾ ਅਤੇ ਪੂਰੇ ਅੰਦੋਲਨ ਦਾ। ਹੁਣ ਇੱਕ ਰਿਪੋਰਟ ਨਿਕਲ ਕੇ ਆਈ ਹੈ ਜਿਹਦੇ 'ਚ ਕਹਿੰਦੇ ਕਿ ਜ਼ਿਕਰ ਕੀਤਾ ਗਿਆ ਕਿਹੜੇ ਕਿਹੜੇ ਉਹ ਲੋਕ ਸੀ ਜਿਹੜੇ ਕਮੇਟੀਆਂ ਦੇ ਵਿੱਚ ਸ਼ਾਮਿਲ ਸੀ, ਕਿਸ ਤਰੀਕੇ ਦੀ ਪਲੈਨਿੰਗ ਸੀ ਜ਼ਮੀਨਾਂ ਲੈ ਕੇ ਉਦਯੋਗਪਤੀਆਂ ਨੂੰ ਦੇਣ ਦੀ। ਸੋ ਦੱਸੋ ਡਾਕਟਰ ਸਾਹਿਬ, ਕੀ ਗੱਲਬਾਤ ਹੈ ਸਾਰੀ ਉਹ, ਅਤੇ ਕੀ ਰਿਪੋਰਟ ਨਿਕਲ ਕੇ ਆਈ ਹੈ, ਕੀ ਉਹਦੇ 'ਚ ਜਿਹੜੇ ਹੈਗੇ ਨੇ ਜ਼ਿਕਰ ਕੀਤੇ ਗਏ ਨੇ? ਕਿਉਂਕਿ ਮੈਨੂੰ ਲੱਗਦਾ ਕਿ ਆਹ ਦੇਸ਼ ਦੀ ਸਭ ਤੋਂ ਵੱਡੀ ਖਬਰ ਹੈ ਜੇਕਰ ਇੱਕ ਨਿਗਾਹ ਤੋਂ ਦੇਖਿਆ ਜਾਵੇ। ਉਹ ਖਬਰ ਜੇਕਰ ਅਤੇ ਕਾਨੂੰਨ ਜੇਕਰ ਇੰਪਲੀਮੈਂਟ ਹੋ ਜਾਂਦੇ ਤਾਂ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਨਾ ਸੀ ਇਸ ਚੀਜ਼ ਨੇ ਜੀ। ਡਾਕਟਰ ਸਾਹਿਬ, ਸਾਹਿਬ ਅਸਲ ਦੇ ਵਿੱਚ ਪਹਿਲਾਂ ਹੀ ਸ਼ੰਕਾ ਤਾਂ ਸੀਗਾ, ਕਿਸਾਨ ਤਾਂ ਖੈਰ ਇਸ ਤਰ੍ਹਾਂ ਉਹਨਾਂ ਨੇ ਤਾਂ ਬੁੱਝ ਲਿਆ ਸੀ ਇੱਕ ਕਿਸਮ ਦੇ ਨਾਲ ਇਹ ਚੀਜ਼ ਨੂੰ ਕਿ ਇਹ ਕਾਰਪੋਰੇਟਾਈਜੇਸ਼ਨ ਆਫ ਐਗਰੀਕਲਚਰ ਹੋ ਰਹੀ ਹੈ। ਜਦੋਂ ਬੀਜੇਪੀ ਨੇ, ਖਾਸ ਕਰਕੇ ਮੋਦੀ ਸਾਹਿਬ ਨੇ 2016 ਦੇ ਵਿੱਚ ਅਨਾਊਂਸ ਕੀਤਾ ਕਿ ਅਸੀਂ ਮਤਲਬ 20 ਤੱਕ ਲਗਭਗ ਜਾਂ 22 ਤੱਕ ਆਮਦਨ ਦੁੱਗਣੀ ਕਰ ਦਾਂਗੇ ਕਿਸਾਨਾਂ ਦੀ, ਉਹਦੇ ਪਿੱਛੇ ਇਹੀ ਖੇਡ ਸੀਗੀ ਅਸਲ ਦੇ ਵਿੱਚ। ਜਿਹੜਾ ਕਰੋਨੀ ਕੈਪੀਟਲਿਜ਼ਮ ਇੰਡੀਆ ਦੇ ਵਿੱਚ ਡਿਵੈਲਪ ਹੋ ਗਿਆ, ਪਹਿਲਾਂ ਨੋਰਮਲ ਕੈਪੀਟਲਿਜ਼ਮ ਸੀਗਾ, ਹੁਣ ਕਰੋਨੀ ਕੈਪੀਟਲਿਜ਼ਮ ਹੈ। ਇੱਕ ਖਾਸ ਇੱਕ ਦੋ ਬੰਦੇ ਨੇ ਜਿਹੜੇ ਉਹਨਾਂ ਨੂੰ ਸਾਰੇ ਸਾਧਨ, ਕਿਉਂਕਿ ਅੱਜ ਕੱਲ੍ਹ ਮਾਰਕੀਟ ਦਾ ਯੁੱਗ ਹੈ, ਸਾਰੀ ਮਾਰਕੀਟ ਉਹਨਾਂ ਦੇ ਹੱਥਾਂ ਦੇ ਵਿੱਚ ਦੇ ਦਿਓ। ਹੋਇਆ ਇਹ ਅਸਲ ਦੇ ਵਿੱਚ ਕਿ ਕਿਸਾਨਾਂ ਨੂੰ ਮੋਟੇ ਤੌਰ 'ਤੇ ਸਮਝ ਆ ਗਈ, ਤਿੰਨ ਕਾਨੂੰਨ ਸੀਗੇ ਉਹ, MSP ਬੰਦ ਕਰ ਦੇਣੀ ਸੀ, ਮਾਰਕੀਟ ਹੈ ਜਿਹੜੀ ਉਹ ਖਤਮ ਕਰ ਦੇਣੀ ਸੀਗੀ, ਪ੍ਰਾਈਵੇਟ ਪਲੇਅਰਸ ਨੂੰ ਖੁੱਲ੍ਹੀ ਛੁੱਟੀ ਦੇ ਦੇਣੀ ਸੀ। ਉਹਨਾਂ ਨੇ ਹੌਲੀ ਹੌਲੀ ਜ਼ਮੀਨਾਂ 'ਤੇ ਕਬਜ਼ੇ ਕਰਕੇ ਮਤਲਬ ਕਿਸਾਨਾਂ ਨੂੰ ਮਜ਼ਦੂਰਾਂ ਦੇ ਵਿੱਚ ਬਦਲ ਦੇਣਾ ਸੀ। ਇਹ ਕੋਈ ਇਕੱਲੀ ਇਹਨਾਂ ਦੀ ਗੱਲ ਨਹੀਂ ਹੈ, ਮਤਲਬ BJP ਦੀ ਗੱਲ ਨਹੀਂ ਹੈ, ਸ਼ੁਰੂ ਮਨਮੋਹਨ ਸਿੰਘ ਤੋਂ ਹੋਇਆ, ਸ਼ੁਰੂ ਗਲੋਬਲਾਈਜੇਸ਼ਨ ਦੇ ਨਾਲ ਹੋਇਆ ਇਹ ਕੰਮ। ਜਦੋਂ ਵੈਸਟ ਦੇ ਵਿੱਚ ਜਿਹੜੀ ਕਾਰਪੋਰੇਟਾਈਜੇਸ਼ਨ ਜਾਂ ਤੁਸੀਂ ਕਹਿ ਲਓ ਇੰਡਸਟਰੀਲਾਈਜੇਸ਼ਨ ਆਫ ਐਗਰੀਕਲਚਰ ਹੋਈ ਹੈ, ਉਹਦੇ ਰਿਜ਼ਲਟ ਸਾਹਮਣੇ ਸੀ। ਪਰ ਇਹ ਡਿਬੇਟ ਹੁਣ ਦੀ ਨਹੀਂ, ਡਿਬੇਟ ਨਹਿਰੂ ਅਤੇ ਗਾਂਧੀ ਦੇ ਟਾਈਮ ਦੀ ਚੱਲ ਰਹੀ ਹੈ ਕਿ ਤੁਸੀਂ ਰੂਰਲ ਜਿਹੜਾ ਏਰੀਆ ਹੈ, ਜਿਹੜੀ ਐਗਰੀਕਲਚਰ ਹੈ, ਜਿਹੜੀ ਬੁਨਿਆਦੀ ਪ੍ਰੋਡਕਸ਼ਨ ਹੈ, ਉਹਨੂੰ ਕਿਹਦੇ ਹੱਥਾਂ ਦੇ ਵਿੱਚ ਦੇਣਾ ਹੈ। ਅਸਲ ਦੇ ਵਿੱਚ ਮਸਲਾ ਇਹ ਹੈ, ਹੁਣ ਵੀ ਅੱਜ ਵੀ ਹੈ, ਇਹ ਆਉਣ ਵਾਲੇ ਸਮੇਂ 'ਚ ਵੀ ਰਹੂਗਾ। ਇਹ ਗ੍ਰੀਨ ਰੈਵੋਲਿਊਸ਼ਨ ਦੇ ਦੌਰਾਨ ਵੀ ਇਹ ਕੰਮ ਹੋਇਆ ਕਿ ਫੂਡ ਕ੍ਰਾਈਸਿਸ ਵੱਡਾ ਸੀ, ਉਸ ਟਾਈਮ ਵੀ ਇਹ ਗੱਲ ਵੇਚੀ ਗਈ ਕਿ ਤੁਸੀਂ ਮੈਕਨਾਈਜੇਸ਼ਨ ਕਰਦੇ ਹੋ, ਕਮਰਸ਼ਲਾਈਜੇਸ਼ਨ ਕਰਦੇ ਹੋ, ਹੌਲੀ ਹੌਲੀ ਐਗਰੀਕਲਚਰ ਨੂੰ ਇੰਡਸਟਰੀ ਦਾ ਇੱਕ ਪੂੰਛ ਬਣਾ ਦਿਓ ਇਹਦੀ। ਇਹਦੇ ਤਹਿਤ ਹੀ ਇਹ ਸਾਰੀ ਸਕੀਮ ਚੱਲੀ। ਹੋਇਆ ਇਹ ਕਿ ਹੁਣ ਜਿਹੜੀਆਂ ਰਿਪੋਰਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਉਹ ਰਿਪੋਰਟਰਸ ਕੁਲੈਕਟਿਵ ਇੱਕ ਗਰੁੱਪ ਹੈਗਾ ਅਤੇ ਤਕੜੀ ਔਰਗਨਾਈਜੇਸ਼ਨ ਹੈ, ਜਿਹੜੇ ਰਿਸਰਚ ਕਰਕੇ ਬਕਾਇਦਾ ਐਨ ਤੱਥ ਦੇ ਆਧਾਰ 'ਤੇ ਗੱਲ ਕਰਦੇ ਨੇ। ਉਹਨਾਂ ਨੇ ਤੱਥ ਕੱਢ ਕੇ ਲਿਆਉਂਦੇ ਨੇ ਕਿ ਐਕਚੁਅਲੀ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹਨਾਂ ਦੇ ਪਿੱਛੇ ਕੌਣ ਲੋਕ ਸੀ। ਭਾਸ਼ਣਾਂ 'ਚ ਤਾਂ ਸਾਰੀ ਦੁਨੀਆ ਕਹਿੰਦੀ ਰਹੀ ਹੈ ਕਿ ਜੇ ਅਡਾਨੀ ਅੰਬਾਨੀ ਨੂੰ ਕੁਛ ਕਰਨਾ ਹੈ, ਜੇ ਕਰਨਾ ਉਹ, ਪਰ ਸਬੂਤ ਕੋਈ ਹੈ ਨਹੀਂ ਸੀ। ਹੁਣ ਸਭ ਤੋਂ ਉਹਨਾਂ ਨੇ ਰਿਪੋਰਟ ਦਿੱਤੀ ਆ, ਰਿਪੋਰਟ ਦੇ ਉੱਪਰ ਬਹੁਤ ਸੋਹਣੀ ਜਿਹੜੀ ਕਮੈਂਟਰੀ ਹੈ ਉਹ ਰਵੀਸ਼ ਕੁਮਾਰ ਨੇ ਐਜ਼ ਯੂਜ਼ਰ ਕੀਤੀ, ਪਰ ਬੜੀ ਡਿਟੇਲ ਦੇ ਵਿੱਚ ਉਹਨੇ ਉਹਦੇ 'ਚ ਉਹਨਾਂ ਦਾ ਪੱਖ ਲਿਆ ਸਾਰਾ। ਫਿਰ ਜੋਗਿੰਦਰ ਯਾਦਵ ਨੂੰ ਵੀ ਇਨਵੋਲਵ ਕੀਤਾ, ਆਪਣੇ ਫੂਡ ਐਕਸਪਰਟ ਨੇ ਬਹੁਤ ਅੱਛੇ ਨੈਸ਼ਨਲ ਲੈਵਲ ਦੇ, ਦਵਿੰਦਰ ਸ਼ਰਮਾ ਜੀ, ਉਹਨਾਂ ਦਾ ਵੀ ਵਿਊ ਲਿਆ। ਉਹਦੇ 'ਚੋਂ ਜਿਹੜੀ ਪਿਕਚਰ ਹੁਣ ਉਮਰਜ ਹੋ ਕੇ ਸਾਹਮਣੇ ਆ ਰਹੀ ਹੈ ਉਹ ਬੜੀ ਭਿਆਨਕ ਹੈ। ਪਹਿਲਾਂ ਤਾਂ ਇਹ ਸੀ, ਕਿਆ ਸਰਾਈਆਂ ਸੀ, ਅੰਦਾਜ਼ੇ ਸੀ ਕਿ ਸ਼ਾਇਦ ਜੇ ਉਹਨਾਂ ਨੇ ਸੈਲੋ ਖਰੀਦ ਲਏ ਨੇ, ਆਪਣੇ ਅਡਾਨੀ ਨੇ ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦ ਲਈਆਂ ਨੇ, ਰੇਲਵੇ ਲਾਈਨ ਪਾ ਲਈ ਹੈ, ਜਿਹੜੇ ਬਾਅਦ 'ਚ ਕਿਸਾਨ ਬੰਦ ਵੀ ਕਰਦੇ ਰਹੇ ਨੇ, ਉਹ ਪਹਿਲਾਂ ਹੀ ਹੋ ਗਏ ਸੀ। ਤੁਸੀਂ ਕਮਾਲ ਇਹ ਦੇਖੋ, ਕਾਨੂੰਨ ਬਾਅਦ ਦੇ ਵਿੱਚ ਆਏ ਨੇ। ਸਕੀਮ ਇਹ ਸੀਗੀ ਕਿ ਹੌਲੀ 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 ਜਿਹੜਾ ਇਹ ਐਗਰੀਕਲਚਰ ਲਈ ਐਡਵਾਂਸਡ ਖਿੱਤਾ ਹੈ ਜਿਹੜਾ, ਇਹਦੀ ਸਾਰੀ ਮਾਰਕੀਟਿੰਗ ਉਹਨਾਂ ਨੂੰ ਦੇ ਦਿਓ, ਸਟੋਰੇਜ ਉਹਨਾਂ ਨੂੰ ਦੇ ਦਿਓ, ਅਸੈਂਸ਼ੀਅਲ ਕਮੋਡਿਟੀਜ਼ ਦਾ ਐਕਟ ਬਦਲ ਕੇ ਜ਼ਖੀਰੇਬਾਜ਼ੀ ਦੀ ਖੁੱਲ੍ਹ ਦੇ ਦਿਓ। ਆਪਣੇ ਸਾਹਮਣੇ ਹਿਮਾਚਲ ਦੇ ਵਿੱਚ ਹੋਇਆ
कि 5-10 रुपये खरीद के जो एप्पल है वह मतलब किस भाव बेचे गया और पिछे जो टमाटर का इसी तरह होकर हटिया। सो रूट यह असल पर हूँ जिहड़ियां गल्लां सामने आ रही ने वो इस करके बहुत भयानक ने कि गौरमेंट है जां इह बेसिकली कारपोरेट के चमूरे ने उहदे विच जिहड़ी रिपोर्ट के विच आया एक शरद मतलब मराठे नाम का कोई NRI जिहदा एग्रीकल्चर नाल कोई तलक नहीं है उन्हें होर एक दो इहो जिहे मित्र इकट्ठे करके उन्होंने भी ठेका दिता गया एक किस्म के नाल कि तुसीं उन्होंने टास्क फोर्स बनाई ते साडी एक इंटर मिनिस्ट्रियल कमेटी बनाई गई सी उस टाइम इंटर मिनिस्ट्रियल कमेटी फिर भी क्योंकि पबलिक डाकूमेंट होना सी उन्होंने उहदियां सारियां फाइंडिंग तल के कहा कि MSP की कोई लोड़ नहीं मिनीम सपोर्ट प्राइस खत्म कर दौ जी एग्रीकल्चर मार्केटिंग है प्रोटेक्टिव मार्केट है उन्होंने बंद कर दौ प्राइवेट प्लेयर खुली छुट्टी दे दौ इस गल आपे जोड़े इन इनकम बद जूगी। रघुराम राजन जी का एक बार मैं बयान पढ़ रहा है उन्होंने कहा कि सब तो वही जरूरत यह है कि एग्रीकल्चर के बहुत सारी लेबर है जी इंडस्ट्री लिया की जरूरत है अजे भी साढ़े जोड़े कैपीटलिजम फेल हो चुके हैं बड़ी बुरी तरह अजे भी साढ़े जोड़े अर्थशास्त्री जी ने बहुत सारे ज बहुत सारे प्लैनर ने उन्होंने दिमाग से यही फसया होया है कि इंडस्ट्रलाइजेशन प्रोपरली नहीं हुई इस करके विकास नहीं होया। हालांकि हमें दुनिया के सामने प्रतक हो गया है कि कोई भी इंडस्ट्री जी सो कॉल्ड डिवेलप करोंगे जी लालच के उपर खड़ी है अपने सामने हिमाचल टूरिज्म इंडस्ट्री का हाल दिख रहा है अपन हर रोज़ मतलब लोग अपना मतलब नींद नहीं आ रही सारे लोगों को इस खिते दे विच उपर माड़ा जहा मीह पैंदा थले हड़ा जाता उस टाइम और उत्थे मतलब पूरे के पूरे पहाड़ा के पहाड़ गर्क हो रहे हैं थले। सो इन्हों बिल्कुल नज़र नहीं आती असल च यह कि खेती में हौली 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 नेचर तो तोड़ के इंडस्ट्री बना लो इंडस्ट्री तो कमरशलाइज करके मार्केट लै आओ तो किसान आपे वर्कर बन जाएंगे। वो किसानों ने यह गल बुझ ली साडे बुद्धिजीवी नहीं लभ सके गल उन्होंने समझ आ गई कि साड़ी जमीन है जी हम जान वाली है इस करके पंजाब वाले ने बिल्कुल तली ते रख के मतलब मैदान च उतरे हरियाणा भी नाल लग गया UP भी लग गया अखीर अपन पता ही है कि किस तरह मोदी साहब को झुकना पिया पर झुकते हुए भी उन्होंने यही कहा कि मैं मेरी तपस्या के कमी रह गई है मतलब एडा वड्डा धोखा से कि दुगनी करन दे नां हेठ बेसिकली उन्होंने कंगाल बनाउणा सीगा पर हुणे बिल्कुल क्लीयर हो गया कि किहदे इशारियां ते हो रहा सी किहड़ी किहड़ी कमेटी दे विच होया कित्थे कित्थे पास होया। अक्तूबर 2017 दे विच टास्क फोर्स बनाई गई उस तों बाद उन्होंने जो कुछ कहा उदा के 3 कानून बना के एकदम काली दे विच कीते गए। फिर असल दे विच ये सी नाल 2019 दे विच जदों कोविड का लॉकडाउन आउंदे ने अमिताभ कांत का जिहड़ा आर्टिकल रवीश कुमार जी ने भी जिक्र करिया नो और नैवर जां हुणे ही जां कदे भी नहीं वो आर्टिकल का मतलब यह है कि जे हुण असीं लॉकडाउन लाए हुए ने कोविड के ना हेठ असीं लोगों नूं अंदर ही वाड़िया जे हुण ना असीं कर सके फिर कदे भी नहीं कर सकांगे। ये तो क्रैडिट किसान जथेबंदियों को जाता है कि उन्होंने कोविड के दौरान भी मतलब जिस तरीके दे नाल संघर्ष किया और जिस तरीके दे नाल अपने आप को संभालिया ये मेरा ख्याल है इंडिया की हिस्टरी के एक मील पत्थर है अपने आप के पर हुण जिहड़ियां डिटेल्स निकल के आ रही ने और होर आउणगियां आने वाले दिनों कि किस तरीके दे नाल इस साजिशी तरीके दे नाल उन्हां लोकां नूं जिन्हां दा एग्रीकल्चर नाल कोई तलक नहीं सी सिर्फ मुनाफा प्रस्ती सी उन्हां दी उन्होंने कमेटियां च पाया गया उन्होंने कहे तो सारे के सारे कानून फॉरमेट भी पता नहीं कितने हो जाएंगे। सो ये चो एक गल बिल्कुल प्रूव हो गई है साढ़े इतने एक प्रोफेसर कहते होंगे सी पोलिटिकल साइंस के वो कहें जमहूरीयत नहीं है लोकराज नहीं है ये जमहूरीयत है असल जमहूरे ने जिन्होंने असं देख रहे हैं जिन्होंने कारपोरेट वर्ल्ड या फंडिंग एजेंसियां वाले या पैसे वाले लोग अगे करके नचाते हैं ये बिल्कुल उदा मोहर लग गई है इस वोट आने ये वैसे जिहड़े अपने दर्शक ने पढ़े लिखे ने जिहड़े जानना चाहते ने यह रिपोर्ट जिहड़ी मतलब कलैक्ट होगी उसकी अपनी वैबसाइट पर भी रिपोर्ट पई है होर डिटेल्स भी बहुत सारी पई ने सारे डॉक्यूमेंट पे ने उत्थे देख सकते हैं जी। डॉक्टर साहब की एडे वड्डे पद्धर उत्ते जदों प्लैनिंग होंदियां सी आपां 1992 की गल करदे हां कि ग्लोबलाइजेशन का दौर आ गया उद्योग हुण वड्डे वड्डे लगणगे मनमोहन सिंह उदों वित्त मंत्री नरसिम्हा राव की उदों सरकार सी जदों कहा जांदा कि इन्हां समझौतियां दे बाद अगे वध्या गया तां हुण बेशक किसान जथेबंदियां कहिंदियां ने कि असीं तिन्नों खेती कानून रद्द करवा ले
ਕਿ ਜਿਹੜੀ ਐਡੀ ਵੱਡੀ ਆਰਥਿਕ ਫੋਰਮਾਂ ਵੀ ਬਣੀਆਂ ਹੋਈਆਂ ਨੇ ਲਗਾਤਾਰ ਇਹਨਾਂ ਦੇ ਉੱਪਰ ਫਰਕ ਵੀ ਕੀਤਾ ਜਾ ਰਿਹਾ ਕਿ ਫਿਰ ਜਿਹੜਾ ਇਹ ਅਟੈਕ ਹੈ ਕਾਰਪੋਰੇਟ ਦਾ ਅਟੈਕ ਹੈ ਕਿ ਕਲਸਟਰ 8-8, 10-10 ਹਜ਼ਾਰ ਦੇ ਕਲਸਟਰ ਬਣਾ ਕੇ ਦੇ ਦਿਓ, ਜਿਹੜੀ ਖੇਤੀ ਹੈ ਖੇਤੀ ਅਸੀਂ ਆਪ ਕਰਾਂਗੇ, ਜਿਹੜੀ ਛੋਟੇ ਮਜ਼ਦੂਰ ਨੇ ਛੋਟੇ ਕਿਸਾਨ ਨੇ ਉਹਨਾਂ ਨੂੰ ਲੇਬਰ ਬਣਾ ਕੇ ਉਦਯੋਗ ਦੇ ਵਿੱਚ ਲੈ ਕੇ ਆਵਾਂਗੇ। ਕੀ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਨਾਲ ਇਹ ਸਾਰੇ ਰਾਹ ਬੰਦ ਹੋ ਗਏ, ਜਿਹੜੀਆਂ ਫੋਰਮਾਂ ਬਣੀਆਂ ਜਾਂ ਜਿਹੜੀਆਂ ਟਾਸਕ ਫੋਰਸਾਂ ਬਣੀਆਂ, ਰਿਸਰਚਾਂ ਹੋਈਆਂ ਇਹਦੇ 'ਤੇ, ਐਡੀ ਐਡੀ ਇਨਫੋਰਮੇਸ਼ਨ ਦੇ ਕਰੋੜਾਂ ਰੁਪਏ ਖਰਚੇ ਗਏ ਹੋਣਗੇ, ਕੀ ਫਿਰ ਉਹ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਰਾਹ ਬੰਦ ਹੋ ਗਏ ਜਾਂ ਨਹੀਂ, ਇਹ ਸਭ ਕੁਛ ਅਜੇ ਕੰਟੀਨਿਊ ਹੈ? ਇਹ ਬਿਲਕੁਲ ਕੰਟੀਨਿਊ ਹੈ ਜੀ, ਬਿਲਕੁਲ ਬੰਦ ਨਹੀਂ ਹੋਏ। ਇਹ ਤਾਂ ਸਿਰਫ ਇਹ ਹੈ ਕਿ ਲੋਕਾਂ ਦਾ ਜਿਹੜਾ ਪ੍ਰੋਟੈਸਟ ਸੀਗਾ ਉਹਨੇ ਸਰਕਾਰ ਨੂੰ ਇੱਕ ਲੈਵਲ ਦੇ ਉੱਪਰ ਰੋਕਤਾ ਕਿ ਸਿੱਧੇ ਤੌਰ 'ਤੇ ਜਿਹੜਾ ਹਮਲਾ ਸੀ ਉਹ ਨਹੀਂ ਹੋ ਰਿਹਾ। ਤਾਂ ਸਿੱਧੇ ਤੌਰ 'ਤੇ ਤਾਂ ਹਮਲਾ ਅਜੇ ਵੀ ਚੱਲ ਰਿਹਾ, ਅਜੇ ਵੀ ਕਿਸਾਨ ਨੂੰ ਉਹਦੀ ਜਿਣਸ ਦਾ ਭਾਅ ਕਿੱਥੋਂ ਮਿਲ ਰਿਹਾ? ਅਜੇ ਵੀ ਆਪਣੇ ਸਾਹਮਣੇ ਦੇਖੋ, ਜਿਹੜੀ ਉਹ ਕਹਿੰਦੇ ਹੁੰਦੇ ਨਾ ਸੰਤਰਾ ਮਦਾਸੀ, ਕਹਿੰਦਾ ਸੀ ਵੀ ਜੇ ਸੋਕਾ ਇਹੀ ਮਤਲਬ ਮਰਦੇ ਨੇ, ਜੇ ਡੋਬਾ ਇਹੀ ਡੁੱਬਦੇ ਨੇ। ਮਤਲਬ ਆਹ ਤੁਸੀਂ ਦੇਖੋ ਨਾ, ਜੋ ਨੇਚਰਲ ਕਲੈਮਿਟੀਜ਼ ਨੇ ਇਹਦਾ ਵਿਕਟਮ ਕੌਣ ਹੈ? ਜਿਹੜਾ ਇੰਡਸਟਰੀ ਬਣਾ ਕੇ ਟੂਰਿਜ਼ਮ ਦੇ ਹੋਰ ਹਿਮਾਚਲ ਦੇ ਵਿੱਚ ਮੁਨਾਫਾ ਕਮਾਉਣ ਵਾਲੇ ਤਾਂ ਜੇਬਾਂ 'ਚ ਪਾ ਕੇ ਲੈ ਗਏ, ਮਰ ਤਾਂ ਸਾਡੇ ਲੋਕ ਰਹੇ ਨੇ। ਉੱਤਰਾਖੰਡ ਦੇ ਵਿੱਚ ਇਹੀ ਪੋਜੀਸ਼ਨ ਹੈ ਦੇਖੋ ਤੁਸੀਂ, ਵਰਲਡ ਲੈਵਲ 'ਤੇ ਕਲਾਈਮੇਟ ਚੇਂਜ ਹੋ ਰਹੀ ਹੈ, ਉਹ 'ਚ ਕੌਣ ਵਿਕਟਮ ਬਣਦਾ? ਸਭ ਤੋਂ ਗਰੀਬ, ਸਭ ਤੋਂ ਮਾੜਾ, ਜਿਹੜਾ ਪਾਵਰਲੈਸ ਹੈ ਅਤੇ ਜਿਹੜਾ ਰਿਸੋਰਸਲੈਸ ਹੈ, ਉਹਨੂੰ ਭੁਗਤਣਾ ਪੈਂਦਾ ਅਖੀਰ ਦੇ ਵਿੱਚ। ਅਜੇ ਵੀ ਉਹੀ ਕੰਮ ਚੱਲ ਰਿਹਾ ਹੈ, ਅਜੇ ਕੋਈ ਫਰਕ ਨਹੀਂ ਪਿਆ, ਕੋਈ ਅਲਟਰਨੇਟਿਵ ਖੇਤੀ ਦਾ, ਅਲਟਰਨੇਟਿਵ ਮਾਰਕੀਟਿੰਗ ਦਾ ਅਜੇ ਕੋਈ ਮਾਡਲ ਨਹੀਂ ਹੋਇਆ ਵਿਕਸਿਤ। ਅਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ, ਸਾਡੇ ਬਹੁਤ ਸਾਰੇ ਅਰਥ ਸ਼ਾਸਤਰੀ ਪੜ੍ਹੇ ਲਿਖੇ, ਦੂਰ ਕੀ ਜਾਣਿਆ ਤੁਸੀਂ, ਚੌਲ ਸਾਹਿਬ ਇਸ ਗੱਲ ਦੀ ਵਕਾਲਤ ਕਰਦੇ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਇਹਦੇ 'ਚ ਹੀ ਮੁਨਾਫਾ ਹੈ। ਮੁਨਾਫਾ ਕੀ ਹੈ ਕਿ ਕੁਛ ਕਿਸਾਨ ਨੇ ਜਿਹੜੇ ਵੱਡੇ ਧਨੀ ਕਿਸਾਨ, ਉਹਨਾਂ ਦੇ ਨਾਲ ਰਲ ਜਾਣਗੇ, ਉਹ ਮਤਲਬ ਵਪਾਰੀ ਬਣ ਜਾਣਗੇ। ਜਿਹੜਾ ਵਪਾਰੀ ਕਿਸਾਨ ਹੈ, ਮਤਲਬ ਇਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇੰਟਰਨੈਸ਼ਨਲ ਲੈਵਲ 'ਤੇ ਕਿਸਾਨ ਇੰਟਰਨੈਸ਼ਨਲ ਵਪਾਰੀਆਂ ਨਾਲ ਕਿੱਥੋਂ ਪਿੜ ਲੈਣਗੇ। ਬੰਦਾ ਜਿਹਨੇ ਮਤਲਬ ਅੱਗੇ ਆਪਾਂ ਦੇਖਿਆ ਨਾ, ਦੁਆਬੇ 'ਚ ਆਲੂ ਕਿਵੇਂ ਸੜਕਾਂ 'ਤੇ ਸਿੱਟਦੇ ਰਹੇ ਨੇ ਲੋਕ। ਮਾਰਕੀਟ ਦੇ ਕੋਲ ਇੰਨੀ ਪਾਵਰ ਹੈ ਕਿ ਉਹ ਤੁਹਾਨੂੰ ਜਦ ਮਰਜ਼ੀ ਸਸਤੀ ਵੇਚਣ ਲਈ, ਸਿੱਟਣ ਲਈ ਕੰਪੈਲ ਕਰ ਸਕਦੀ ਹੈ। ਕਿਉਂਕਿ ਖੇਤੀ ਅੱਜ ਦੀ ਡੇਟ 'ਚ ਵੀ ਯਾਰ ਹਮੇਸ਼ਾ ਜਿਹੜਾ ਘਾਟੇ ਵਾਲਾ ਸੌਦਾ ਹੈ ਕਿ ਆਪਣੀ ਪ੍ਰੋਡਿਊਸ ਦਾ ਜਿਹੜਾ ਪ੍ਰਾਈਸ ਹੈ ਉਹ ਵੀ ਕੋਈ ਹੋਰ ਤੈਅ ਕਰਦਾ, ਜਿਹੜੀ ਇਨਪੁੱਟ ਕੋਸਟ ਹੈ ਉਹਦੀ ਵੀ ਪ੍ਰਾਈਸ ਕੋਈ ਹੋਰ ਤੈਅ ਕਰਦਾ। ਮੈਨੂੰ ਦੱਸੋ ਕਿਹੜਾ ਧੰਦਾ ਇਹੋ ਜਿਹਾ ਜਿਹਦੇ ਵਿੱਚ ਦੋਨਾਂ ਦੀ ਪ੍ਰਾਈਸ, ਤੁਹਾਡੀ ਚੀਜ਼ ਦੀ ਵੀ ਅਤੇ ਜਿਹੜੀ ਚੀਜ਼ ਤੁਸੀਂ ਬਣਾਉਣ ਲਈ ਜੋ ਖਰਚੇ ਕੀਤੇ ਨੇ ਉਹਦੇ ਵੀ ਕੋਈ ਹੋਰ ਤੈਅ ਕਰ ਰਿਹਾ ਹੋਵੇ, ਤੁਸੀਂ ਕਿਸ ਤਰ੍ਹਾਂ ਲਾਹੇ ਬੰਦਾ ਹੋਵੇਗਾ? ਇਹ ਇੰਪੋਸੀਬਲ ਗੱਲ ਹੈ। ਚਾਹੇ ਉਹ ਡੇਅਰੀ ਫਾਰਮਿੰਗ ਹੈ, ਚਾਹੇ ਸਹਾਇਕ ਧੰਦੇ ਨੇ, ਹਰ ਚੀਜ਼ ਦੇ ਵਿੱਚ ਮਾਰਕੀਟ ਦੇ ਜਿਹੜੇ ਐਕਟਰਸ ਨੇ, ਪਲੇਅਰਸ ਨੇ, ਉਹ ਤੈਅ ਕਰਦੇ ਨੇ ਕਿ ਇਸ ਚੀਜ਼ ਦਾ ਕੀ ਰੇਟ ਹੋਵੇ, ਔਰ ਜਿਹੜੀ ਤੁਸੀਂ ਪੈਦਾ ਕਰਨੀ ਹੈ ਉਹਦਾ ਵੀ ਕੀ ਰੇਟ ਹੋਵੇ। ਤੁਸੀਂ ਦੇਖੋ ਨਾ ਜਿੰਨੀ ਕਿੰਨੀ ਜ਼ਿਆਦਾ, ਉਹ ਕਿਹੜੀ ਸੀ ਸੁਬਰਾਮਨ ਸਵਾਮੀ ਕਿ ਉਹ ਕਿਹੜੀ ਰਿਪੋਰਟ ਜਿਹੜੀ ਸੀ ਆਪਣੇ ਸਵਾਮੀਨਾਥਨ ਰਿਪੋਰਟ, ਸੋਰੀ, ਉਹਦੇ ਵਿੱਚ ਮਤਲਬ ਉਹ ਵੀ ਅੱਧੀ ਰਿਪੋਰਟ ਹੈ ਬੇਸਿਕਲੀ, ਉਹ ਵੀ ਕਿਸੇ ਨੇ ਲਾਗੂ ਨਹੀਂ ਕਰੀ ਕਿ ਤੁਸੀਂ ਐਕਚੁਅਲ ਜਿਹੜੀ ਮਤਲਬ ਕੋਸਟ ਹੈ ਉਹ ਤਾਂ ਦਿਓ, ਬਾਕੀ ਤਾਂ ਗੱਲ ਛੱਡ ਦਿਓ ਤੁਸੀਂ। ਕੁਝ ਲੇਬਰ ਦਾ ਵੀ ਮਤਲਬ ਦੇਖੋ, ਕਿਸਾਨ ਮਰ ਜਾਂਦਾ ਦਿਨ ਰਾਤ ਮੀਂਹ ਕਣੀ ਸਾਰੇ ਦੇ ਵਿੱਚ ਉਹਨੂੰ ਕੰਮ ਕਰਨਾ ਪੈਣਾ, ਉਹ ਕਿਸੇ ਗਿਣਤੀ 'ਚ ਪੈਂਦਾ ਕਿਤੇ। ਤਾਂ ਹੁਣ ਜੋ ਕੁਛ ਹੜ੍ਹਾਂ ਦੇ ਵਿੱਚ ਕਿਸਾਨ ਕਰ ਰਹੇ ਨੇ ਇਹ ਕਿਸੇ ਗਿਣਤੀ 'ਚ ਆਉਣਾ? ਤੁਸੀਂ ਆਪਾਂ ਇੱਕ ਸਿੰਪਲ ਕੋਮਨ ਸੈਂਸ ਦੀ ਵੀ ਗੱਲ ਕਰੀਏ ਕਿ ਸਾਡੇ ਵੱਡੇ ਤੋਂ ਵੱਡੇ, ਮੁਸ਼ਕਤ ਤੋਂ ਮੁਸ਼ਕਤ ਕਰਨ ਵਾਲੇ, ਪੋਲੀਟੀਸ਼ਨਾਂ ਤੋਂ ਲੈ ਕੇ ਬਿਊਰੋਕਰੈਟਾਂ ਤੋਂ ਲੈ ਕੇ, ਕੋਈ ਹੈ ਕਿਸਾਨਾਂ ਜਿੰਨਾ ਕੰਮ ਕਰਨ ਵਾਲਾ? ਕੋਈ ਇੱਕ ਦੱਸ ਦਿਓ। ਸਵੇਰੇ ਸਾਡੇ ਵੀ ਜਿਹੜੇ ਬਾਬੂਆਂ ਦੇ ਦਫ਼ਤਰ ਨੇ, ਸਵੇਰੇ 9 ਵਜੇ ਤੋਂ 5 ਵਜੇ ਤੱਕ ਹੁੰਦੇ ਨੇ, ਵਿੱਚ ਲੰਚ ਟਾਈਮ, ਹੋਰ ਉੱਥੇ ਕੋਈ ਲੰਚ ਟਾਈਮ ਨਹੀਂ, ਕੁਛ ਨਹੀਂ, 24 ਘੰਟੇ ਦਾ ਹੀ ਫਿਕਰ ਹੈ। ਪਤਾ ਨਹੀਂ ਕਿਸ ਵਕਤ ਕੁਦਰਤ ਨੇ ਕਿਧਰਲੇ ਪਾਸੇ ਨੂੰ ਰੁੱਖ ਮੋੜ ਲੈਣਾ। ਇੰਨਾ ਰਿਸਕੀ ਕੰਮ, ਇੰਨੀ ਮਿਹਨਤ, ਇੰਨੀ ਹਿਊਮਨ ਇਨਪੁੱਟ ਉਹਦੇ 'ਚ, ਤੈਅ ਕਰਨਾ ਹੈ ਕਿਸੇ ਹੋਰ ਨੇ ਉਹਦਾ ਰੇਟ, ਉਹ ਵੀ ਵੇਚਣ ਖਾਤਰ ਮਤਲਬ ਲਾਲੇ ਪੈ ਜਾਂਦੇ ਨੇ, ਬੁਰੀ ਹਾਲਤ ਹੋ ਜਾਂਦੀ ਹੈ ਮੰਡੀਆਂ ਦੇ ਵਿੱਚ, ਆਏ ਕਿਸਾਨਾਂ ਦੀ ਦੇਖਿਓ ਨਾ ਦਸ਼ਾ ਕੀ ਹੁੰਦੀ ਹੈ ਜਦੋਂ ਕਣਕ ਵੀ ਆਉਂਦੀ ਹੈ। ਸੋ ਇਹ ਬਿਲਕੁਲ ਸਾਡਾ ਇਨਹਿਊਮਨ ਸਿਸਟਮ ਹੈ। ਮਾਰਕੀਟ ਹੈ ਜਿਹੜੀ ਐਜ਼ ਏ ਇੰਸਟੀਟਿਊਸ਼ਨ, ਇਹ ਹਿਊਮਨ ਇੰਸਟੀਟਿਊਸ਼ਨ ਨਹੀਂ ਹੁੰਦੀ ਇਹ। ਇਹਨੂੰ ਬਣਾਉਣ ਦੇ ਲਈ ਹੀ MSP ਤੈਅ ਹੋਈ, ਇਹਨੂੰ ਬਣਾਉਣ ਦੇ ਲਈ ਕਿਸਾਨਾਂ ਨੂੰ ਰਿਆਇਤਾਂ ਦਿੱਤੀਆਂ ਗਈਆਂ, ਇਹਦੇ ਲਈ ਹੀ ਰੀਜਨਲ ਪਾਰਟੀਆਂ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਕਾਂਗਰਸੀ ਆਗੂ ਸੀ, ਜਾਂ ਹਰਿਆਣੇ 'ਚ ਲੋਕ ਦਲ ਸੀ, ਉਹਨਾਂ ਨੇ ਕਿਸਾਨਾਂ ਨੂੰ ਥੋੜ੍ਹਾ ਬਹੁਤ ਰਿਆਇਤਾਂ ਦੇਣ ਦੀ ਕੋਸ਼ਿਸ਼ ਕਰੀ, ਕਿਉਂਕਿ ਮੇਨਲੀ ਉਹ ਵੀ ਉਹਨਾਂ ਦੇ ਹੀ ਕੰਟਰੋਲਡ ਨੇ, ਕਾਰਪੋਰੇਟ ਵਰਲਡ ਦੇ,
ਉਹ ਫਿਰ ਡਾਵਾਂਡੋਲ ਹੋ ਕੇ ਇੱਧਰ ਉੱਧਰ ਵੋਟਾਂ ਲੈਣ ਲਈ ਥੋੜ੍ਹੀਆਂ ਬਹੁਤ ਗੱਲਾਂ ਕਰਦੇ ਨੇ, ਅਦਰਵਾਈਜ਼ ਕੋਈ ਗੱਲ ਨਹੀਂ। ਪਰ ਹੁਣ ਵੀ ਤੁਸੀਂ ਦੇਖਿਓ ਅਜੇ ਕਾਰਪੋਰੇਟਾਈਜੇਸ਼ਨ ਹੋ ਰਹੀ ਹੈ, ਅਜੇ ਰੁਕ ਨਹੀਂ ਰਹੀ। ਅਜੇ ਵੀ ਜਿਹੜੇ ਖੇਤੀ ਦੇ ਪ੍ਰਾਇਮਰੀ ਸਾਧਨ ਨੇ, ਇਨਸੈਕਟੀਸਾਈਡ, ਪੈਸਟੀਸਾਈਡ ਹੈ, ਫਰਟੀਲਾਈਜ਼ਰ ਹੈ, ਬੀਜ ਨੇ, ਉਹਨਾਂ ਦੇ ਉੱਪਰ ਕਿਹਦਾ ਕਬਜ਼ਾ ਜੀ? ਜਿਹੜੀਆਂ ਕਾਰਗਿਲ ਅਤੇ ਮੋਨਸੈਂਟੋ ਵਰਗੀਆਂ ਮਤਲਬ ਇੰਟਰਨੈਸ਼ਨਲ ਜਿਹੜੀਆਂ ਕਾਰਪੋਰੇਸ਼ਨਸ ਨੇ, ਉਹਨਾਂ ਨੇ ਸੀਡ ਇੰਪੀਰੀਅਲਿਜ਼ਮ, ਉਹਨੇ ਵੰਦਨਾ ਸ਼ਿਵਾ ਨੇ ਕਿਹਾ ਸੀ ਉਹਨੂੰ ਕਿ ਬੀਜ ਇਕੱਠੇ ਕਰ ਲਏ, ਮੋਨੋਕਲਚਰ ਲੈ ਆਉਂਦਾ, ਵਰਾਇਟੀ ਖਤਮ ਕਰਤੀ। ਅੱਜ ਵੀ ਆਪਣੇ ਰਾਜਪੁਰੇ ਦੇ ਲਾਗੇ ਤੁਸੀਂ ਦੇਖਿਆ ਨਾ ਸੂਰਜਮੁਖੀ ਦੇ ਬੀਜ ਦਾ ਕਿੱਡਾ ਸਕੈਂਡਲ ਹੋਇਆ ਸੀ। ਮਤਲਬ ਬੀਜ ਕਿਸਾਨ ਆਪ ਨਹੀਂ ਪੈਦਾ ਕਰ ਸਕਦਾ, ਖਾਦ ਉਹਦੀ ਆਪਣੀ ਨਹੀਂ ਹੈ, ਉਹਦੀਆਂ ਇਨਪੁੱਟਸ ਤਾਂ ਸਾਰੀਆਂ ਮਾਰਕੀਟ ਬੇਸਡ ਹੋ ਗਈਆਂ। ਪਹਿਲਾਂ ਸਾਰਾ ਟੱਬਰ ਖੇਤੀ ਕਰਦਾ ਹੁੰਦਾ ਸੀ, ਬੀਜ ਉਹ ਆਪਣੇ ਬਣਾ ਲੈਂਦੇ ਸੀ, ਸਟੋਰੇਜ ਉੰਨੀ ਕਰ ਲੈਂਦੇ ਸੀ। ਜਿਉਂ ਜਿਉਂ ਮਾਰਕੀਟ ਅੰਦਰ ਤੱਕ ਚਲੇ ਗਈ, ਉਹਦੀ ਹਰ ਚੀਜ਼ ਨੂੰ ਮਾਰਕੀਟ ਤੈਅ ਕਰ ਰਹੀ ਹੈ। ਸੋ ਇਹ ਇੱਕ ਬਹੁਤ ਵੱਡਾ ਇੱਕ ਰੈਵੋਲਿਊਸ਼ਨਰੀ ਸਟੈਪ ਲੈਣੇ ਪੈਣਗੇ ਇਹਨੂੰ ਕਾਊਂਟਰ ਕਰਨ ਦੇ ਲਈ, ਇਹ ਚੀਜ਼ ਨੂੰ। ਅਦਰਵਾਈਜ਼ ਅਸੀਂ ਰੂਟ 'ਤੇ ਉਸੇ 'ਤੇ ਜਾ ਰਹੇ ਹਾਂ। ਜਿਹੜੇ ਕਾਨੂੰਨ ਬੰਦ ਹੋਣ ਦੇ ਨਾਲ ਉਹ ਰੂਟ ਥੋੜ੍ਹਾ ਜਿਹਾ ਮੱਧਮ ਪੈ ਗਿਆ, ਜਿੰਨੀ ਸਪੀਡ 'ਤੇ ਹੋ ਰਿਹਾ ਸੀ ਉਨੀ ਸਪੀਡ 'ਤੇ ਨਹੀਂ ਹੋ ਰਿਹਾ, ਪਰ ਰੂਟ ਤਾਂ ਉਹੀ ਬੜਿਆ ਹੋਇਆ ਜੀ। ਬਿਲਕੁਲ ਡਾਕਟਰ ਸਾਹਿਬ, ਵਿਦੇਸ਼ੀ ਤਰਜ਼ ਦੇ ਉੱਪਰ ਹੁਣ ਤੁਸੀਂ USA ਦੇ ਵਿੱਚ ਦੇਖੋ ਕਿ ਉੱਥੇ ਵੱਡੇ ਵੱਡੇ ਇਸੇ ਤਰਜ਼ ਦੇ ਉੱਪਰ ਜੋ ਕੁਛ ਹਿੰਦੁਸਤਾਨ ਦੇ ਵਿੱਚ ਹੋਣ ਲੱਗਿਆ ਸੀ, ਉੱਥੇ ਵੀ ਤਾਂ ਜ਼ਮੀਨਾਂ ਦੇ ਵੱਡੇ ਵੱਡੇ ਕਲਸਟਰ ਬਣਾ ਤੇ, ਜਿਹੜੇ ਕਿਸਾਨ ਸੀ ਕਿਸਾਨ ਖੇਤੀ ਦੇ ਵਿੱਚੋਂ ਬਾਹਰ ਹੋ ਗਏ, ਜੇਕਰ 1.5% ਕਿਸਾਨ ਖੇਤੀ ਦੇ ਵਿੱਚ ਬਚੇ ਵੀ ਹੋਏ ਨੇ, ਉਹ ਵੀ ਤਾਂ ਸਬਸਿਡੀਆਂ ਦੇ ਕੇ ਉੱਥੇ ਰੱਖੇ ਹੋਏ ਨੇ। ਉਹੀ ਤਰਜ਼ 'ਤੇ ਸਾਡੇ ਇੱਥੇ ਹੋਣ ਲੱਗਿਆ ਸੀ ਕਿ ਵੱਡੇ ਵੱਡੇ ਕਲਸਟਰ ਬਣਾ ਕੇ ਦੇ ਦਿਓ। ਬਾਕੀ ਜੀ, ਬਾਕੀ ਡਾਕਟਰ ਸਾਹਿਬ ਇਹਦੇ 'ਚ ਇਹ ਵੀ ਹੈਗਾ ਕਿ ਸਰਕਾਰਾਂ ਵੀ ਇਹ ਗੱਲ ਕਹਿੰਦੀਆਂ ਨੇ, ਨੀਤੀ ਆਯੋਗ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਮੀਟਿੰਗ ਦੇ ਵਿੱਚ ਵੀ ਇਹ ਗੱਲ ਉੱਠਦੀ ਹੈ ਕਿ ਖੇਤੀ ਦੇ ਵਿੱਚ ਹੁਣ ਗਰੋਥ ਨਹੀਂ ਰਹੀ ਹੈਗੀ। ਜੇਕਰ ਖੇਤੀ ਦੇ ਵਿੱਚ ਅਸੀਂ ਗਰੋਥ ਚਾਹੁੰਦੇ ਹਾਂ ਤਾਂ ਖੇਤੀ ਦੇ ਵਿੱਚ ਗਰੋਥ ਦੇ ਲਈ ਇਨਵੈਸਟ ਕਰਨਾ ਪੈਣਾ, ਇਨਵੈਸਟ ਕਰਨ ਦੇ ਲਈ ਕਿਸਾਨ ਦੇ ਕੋਲ ਪੈਸਾ ਹੈ ਨਹੀਂ। ਜਿਹੜੀ ਇਨਵੈਸਟਮੈਂਟ ਹੈ, ਇਨਵੈਸਟਮੈਂਟ ਕਾਰਪੋਰੇਟ ਕਰਨਗੇ ਤਾਂ ਜੋ ਅਸੀਂ ਖੇਤੀ ਦੀ ਗਰੋਥ ਕਰ ਸਕੀਏ ਅਤੇ ਜਿਹੜੀ ਰੁਕਾਵਟ ਹੈ ਉਸ ਨੂੰ ਤੋੜ ਸਕੀਏ। ਸਰਕਾਰਾਂ ਇਸ ਗੱਲ ਦੇ ਲਈ ਵਜਿੱਦ ਨੇ ਕਿ ਜੇਕਰ ਫਾਰਮਿੰਗ ਦੇ ਵਿੱਚ ਕਾਰਪੋਰੇਟ ਇਨਵੈਸਟਮੈਂਟ ਹੋਊਗੀ ਉਦੋਂ ਹੀ ਖੇਤੀ ਗਰੋ ਕਰੂਗੀ, ਜੇਕਰ ਇਨਵੈਸਟਮੈਂਟ ਨਹੀਂ ਹੋਊਗੀ ਤਾਂ ਜਿਸ ਤਰੀਕੇ ਦੇ ਨਾਲ ਖੇਤੀ ਹੁਣ ਹੋ ਰਹੀ ਹੈ ਉਸ ਤਰੀਕੇ ਦੇ ਨਾਲ ਖੇਤੀ ਹੁੰਦੀ ਰਹੂਗੀ, ਯਾਨੀ ਕਿ ਐਗਰੀਕਲਚਰ ਜੋਨ ਹੀ ਬਣ ਕੇ ਰਹਿ ਜੂਗਾ, ਐਗਰੀ ਇੰਡਸਟਰੀ ਨਹੀਂ ਬਣਨਾ ਹੈਗਾ ਫਿਰ ਹਿੰਦੁਸਤਾਨ ਨੇ। ਸਾਹਿਬ ਗਰੋਥ ਦੀ ਡੈਫੀਨੇਸ਼ਨ ਕੀ ਹੈ? ਐਵੇਂ ਉੱਪਰ ਤਕੜੇ ਤਕੜੇ ਮੋਟੇ ਮੋਟੇ ਸ਼ਬਦ ਢਾਲ ਕੇ ਨਾ ਇਹ ਇਕਨੋਮਿਕਸ ਵਾਲੇ ਕਰੀ ਜਾਂਦੇ ਨੇ। ਗਰੋਥ ਦੀ ਡੈਫੀਨੇਸ਼ਨ ਹੈ ਮੁਨਾਫਾ, ਬੇਸਿਕਲੀ ਮਾਰਕੀਟ ਦੀ ਐਕਸਪੈਂਸ਼ਨ। ਬੈਂਕਾਂ ਦਾ ਇੱਕ ਚੇਅਰਮੈਨ ਆਪਣੇ ਮੁਲਾਜ਼ਮਾਂ ਨੂੰ ਡਰੈਸ ਕਰ ਰਿਹਾ ਸੀ, ਕਹਿੰਦਾ ਜਿਹੜਾ ਬੰਦਾ ਸਾਈਕਲ ਚਲਾਉਂਦਾ ਸਾਡੇ ਲਈ ਬੜਾ ਖਤਰਾ ਹੈ, ਕਿਉਂਕਿ ਉਹ 'ਚ ਪੈਟਰੋਲ ਨਹੀਂ ਪਾਉਂਦਾ, ਉਹ ਖਰੀਦਦਾ ਨਹੀਂ ਕੁਛ, ਉਹ ਇੰਸ਼ੋਰੈਂਸ ਨਹੀਂ ਉਹਦੀ ਕਰਾਉਂਦਾ, ਉਹਦਾ ਸਰੀਰ ਬਣਿਆ ਰਹਿੰਦਾ, ਉਹ ਡਾਕਟਰਾਂ ਕੋਲ ਨਹੀਂ ਜਾਂਦਾ। ਜਿਹੜਾ ਮਾਰਕੀਟ ਨੂੰ ਕੰਟਰੀਬਿਊਟ ਨਹੀਂ ਕਰ ਰਿਹਾ ਉਹਨਾਂ ਨੂੰ ਖਤਰਾ ਲੱਗਦਾ, ਪਰ ਮਾਰਕੀਟ ਦੀ ਗਰੋਥ ਨੂੰ ਗਰੋਥ ਕਿਹਾ ਜਾ ਰਿਹਾ। ਦੇਖੋ ਨਾ, ਮਤਲਬ ਟ੍ਰੈਜਡੀ ਕੀ ਹੈ ਕਿ ਜਿਹੜੀ ਆਰਮਸ ਇੰਡਸਟਰੀ ਹੈ ਉਹ ਗਰੋਥ ਹੈ, ਨਿਊਕਲੀਅਰ ਬੰਬ ਬਣਾਉਣੇ ਗਰੋਥ ਹੈ। ਮਤਲਬ ਗਰੋਥ ਦੀ ਡੈਫੀਨੇਸ਼ਨ ਤਾਂ ਪੁੱਛੋ ਨਾ ਕੀ ਹੈ। ਮੈਂ ਇੱਥੇ ਆ ਸੈਂਸਸ ਦੇ ਵਿੱਚ ਸੀ ਤਾਂ ਮੈਂ ਇੱਕ ਵਾਰੀ ਪੁੱਛ ਲਿਆ, ਉਹ ਕਹਿੰਦੀ ਵਰਕ ਪਾਰਟੀਸਪੇਸ਼ਨ ਆਫ ਵੁਮੈਨ ਫਲਾਉਣਾ ਟੀਮ ਬੜਾ ਕੁਛ, ਉਹਦੇ ਇਹੋ ਜਿਹੇ ਲਫਜ਼ਾਂ ਨਾਲ ਢੱਕ ਲੈਂਦੇ ਨੇ। ਮੈਂ ਕਿਹਾ ਵਰਕ ਦੀ ਕੀ ਡੈਫੀਨੇਸ਼ਨ ਹੈ? ਵਰਕ ਦੀ ਡੈਫੀਨੇਸ਼ਨ ਇਹ ਹੈ ਕਿ ਜਿਹਦੇ ਪੈਸੇ ਮਿਲਦੇ ਨੇ, ਇਸ ਕਰਕੇ ਔਰਤਾਂ ਦੀ ਉਸ ਕੰਮ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੀਦਾ ਜਿੱਥੇ ਪੈਸੇ ਮਿਲਦੇ ਹੋਣ। ਜਿਹੜੀ ਮਦਰ ਬੱਚੇ ਪੈਦਾ ਕਰਦੀ ਹੈ, ਪੜ੍ਹਾ ਰਹੀ ਹੈ, ਰੋਟੀ ਖਿਲਾ ਰਹੀ ਹੈ ਸਾਰੀ ਦੁਨੀਆ ਨੂੰ, ਔਰਤ ਉਹ ਵਰਕ ਨਹੀਂ ਹੈ। ਵਰਕ ਮੈਂ ਇੱਥੇ ਉਹਨਾਂ ਨੂੰ ਕਿਹਾ, ਜਿਹੜਾ ਸੈਂਸਸ ਕਮਿਸ਼ਨਰ ਆਫ ਇੰਡੀਆ ਆਇਆ ਸੀ ਉਹਦੇ ਸਾਹਮਣੇ, ਮੈਂ ਕਿਹਾ ਵਰਕ ਦੀ ਡੈਫੀਨੇਸ਼ਨ ਇਹ ਹੈ ਵੀ ਜਾਂ ਤਾਂ ਮੰਗਣਾ ਜਿਹੜਾ ਬੈਗਰੀ ਵਰਕ ਹੈ ਤੁਹਾਡੀ ਡੈਫੀਨੇਸ਼ਨ ਦੇ ਅਕੋਰਡਿੰਗਲੀ, ਜਾਂ ਪ੍ਰੋਸਟੀਟਿਊਸ਼ਨ ਵਰਕ ਹੈ, ਮਦਰਹੁੱਡ ਵਰਕ ਨਹੀਂ ਹੈ, ਹਾਊਸ ਕੀਪਿੰਗ ਵਰਕ ਨਹੀਂ ਹੈ, ਜਿਹੜਾ ਪੇਡ ਕੰਮ ਨਹੀਂ ਉਹ ਵਰਕ ਨਹੀਂ ਹੈ। ਇਹ ਡੈਫੀਨੇਸ਼ਨ ਨੇ ਇੱਦਾਂ ਦੀਆਂ। ਇਹੀ ਗਰੋਥ ਦੀ ਡੈਫੀਨੇਸ਼ਨ ਹੈ, ਇਹੀ GDP ਦੀ ਡੈਫੀਨੇਸ਼ਨ ਹੈ, ਜਿਹੜੀ ਕਹਿੰਦੇ ਨਾ ਗਰੋਸ ਡੋਮੈਸਟਿਕ ਪ੍ਰੋਡਕਟ। ਤੁਸੀਂ ਦੇਖਿਓ ਕਦੇ ਕੀ ਹੈ ਉਹ, ਜੇ ਤੁਸੀਂ ਖਰਚਾ ਨਹੀਂ ਕਰ ਰਹੇ ਤਾਂ ਉਹ ਨਹੀਂ ਹੋ ਰਹੀ। ਬਿਲਕੁਲ, ਲੋਕਾਂ ਨੇ ਖਰਚਾ ਕਿੰਨਾ ਕੀਤਾ, ਵਪਾਰੀਆਂ ਨੂੰ ਕਿੰਨਾ ਪੈਸਾ ਦਿੱਤਾ, ਇਹ 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 ਮਤਲਬ ਡੈਫੀਨੇਸ਼ਨ ਹੋਗੀ। ਸੋ ਇਹ ਸਾਨੂੰ ਜਿਹੜੇ ਇਕਨੋਮਿਕਸ ਦੇ ਖੋਖਲੇ ਕੋਨਸੈਪਟ ਨੇ ਇਹ ਪਾਸੇ ਰੱਖ ਕੇ ਸਾਨੂੰ ਇਹ ਕਰਨਾ ਪਊਗਾ ਕਿ ਨੇਚਰ ਦੀ ਅੰਨੀ ਐਕਸਪਲਾਈਟੇਸ਼ਨ ਕਰਕੇ ਅਸੀਂ ਜੋ ਕੁਛ ਕਰ ਰਹੇ ਹਾਂ ਅਸੀਂ ਖੁਦਕੁਸ਼ੀ ਕਰਨ ਵੱਲ ਜਾ ਰਹੇ ਹਾਂ। ਪਰ ਐਗਰੀਕਲਚਰ ਤੁਸੀਂ ਇਜ਼ਰਾਈਲ ਦੇ ਮਾਡਲ ਲੈ ਆਉਂਦੇ ਨੇ, ਕਦੇ ਕਿਤੋਂ ਲੈ ਆਉਂਦੇ ਨੇ, ਉਹ ਮੈਕਨਾਈਜੇਸ਼ਨ ਹੈ, ਮੈਕਨਾਈਜੇਸ਼ਨ ਅਤੇ ਕਮਰਸ਼ਲਾਈਜੇਸ਼ਨ ਹੈ ਬੇਸਿਕਲੀ ਆਧਾਰ ਸਾਰੀ ਚੀਜ਼ ਦਾ। ਪਰ ਉਹਨੂੰ ਸਮਝਿਆ ਜਾਂਦਾ ਕਿ ਬਹੁਤ ਵੱਡੀ ਉਹੀ ਗਰੋਥ ਹੈ, ਕੋਈ ਕਿਸਮ ਦੀ ਗਰੋਥ ਹੈ,
ਇਹ ਤੋਂ ਪਹਿਲਾਂ ਜਦੋਂ ਇਹ ਸਿਸਟਮ ਨਹੀਂ ਸੀ ਆਇਆ ਮਾਰਕੀਟ ਦਾ, ਉਦੋਂ ਪਹਿਲਾਂ ਲੋਕ ਜਿਉਂਦੇ ਨਹੀਂ ਸੀ। ਹਜ਼ਾਰਾਂ ਸਾਲਾਂ ਤੋਂ ਹਿਊਮਨ ਬੀਇੰਗਸ ਨੇ ਜਿਹੜੇ ਸਰਵਾਈਵ ਕਰਦੇ ਆ ਰਹੇ ਨੇ, ਵਿਕਸਿਤ ਹੁੰਦੇ ਆ ਰਹੇ ਨੇ। ਵਿਕਾਸ ਦੀ ਉਹ ਡੈਫੀਨੇਸ਼ਨ ਇਹੋ ਜਿਹੀ ਬਣਾ ਲੈਂਦੇ ਹਾਂ ਅਸੀਂ, ਸੜਕਾਂ, ਪੁਲ, ਕਮਿਸ਼ਨ, ਕਰਪਸ਼ਨ, ਇਹ ਸਾਡੀ ਡੈਫੀਨੇਸ਼ਨ ਹੈਗੀ ਹੈ ਵਿਕਾਸ ਦੀ। ਸੋ ਵਿਨਾਸ਼ ਨੂੰ ਅਸੀਂ ਵਿਕਾਸ ਦਾ ਡੈਫੀਨੇਸ਼ਨ ਦੇ ਰਹੇ ਹਾਂ। ਔਰ ਹੁਣ ਜਿਹੜੇ ਡੈਮ ਬਣਾਏ ਉਹਨੇ ਸਾਡੇ ਸਾਹਮਣੇ ਹੀ ਨੇ ਨਾ, ਥੋੜ੍ਹਾ ਜਿਹਾ ਵੱਧ ਮੀਂਹ ਪੈ ਜਾਵੇ ਟੁੱਟ ਜਾਣ ਤਾਂ ਕਿੱਧਰਲਾ ਵਿਕਾਸ ਹੈ ਜੀ ਇਹ। ਸੋ ਇਹ ਬੇਸਿਕਲੀ ਕੁਛ ਬੰਦਿਆਂ ਦੀ ਜਿਹੜੀ ਦਿਮਾਗੀ ਤਵਾਜ਼ਨ ਜਿਹਦਾ ਹਿੱਲਿਆ ਹੋਇਆ ਲਾਲਚ ਦੇ ਵਿੱਚ, ਬਿਲ ਗੇਟਸ ਵਰਗਿਆਂ ਦਾ। ਹੁਣ ਬਿਲ ਗੇਟਸ ਹੈ ਜਿਹੜਾ, ਅਗਲੀ ਜਿਹੜੀ ਲੜਾਈ ਹੈ ਉਹ ਫੂਡ 'ਤੇ ਹੋਣੀ ਹੈ। ਸਾਰੇ ਅਮਰੀਕਾ ਦੀ ਜ਼ਮੀਨ ਖਰੀਦ ਕੇ ਫੂਡ ਦੇ ਉੱਪਰ ਕਬਜ਼ਾ ਕੀਤਾ, ਕਿਉਂਕਿ ਬੇਸਿਕ ਨੀਡ ਹੈ ਉਹ ਹਿਊਮਨ ਬੀਇੰਗ ਤੋਂ ਤਾਂ ਖਰੀਦਣਗੇ ਹੀ ਖਰੀਦਣਗੇ। ਫੂਡ ਤੋਂ ਅਗਲਾ ਸਾਹ ਆ ਜਾਊਗਾ ਕਿ ਹਵਾ ਵੇਚੀਏ ਉਹਨੂੰ ਖਰੀਦੀਏ, ਪਾਣੀ ਵੇਚੀਏ। ਦੇਖੋ ਨਾ ਹੁਣ ਸਾਡੇ ਸਾਹਮਣੇ ਹੈ ਕਿ ਪਾਣੀ ਹੈ ਜਿਹੜਾ, ਇਹਦਾ ਕਿੱਡਾ ਵੱਡਾ ਵਪਾਰ ਹੋ ਗਿਆ। ਕਿਸਾਨ ਮੋਰਚੇ ਦੇ ਦੌਰਾਨ ਜਿਹੜਾ ਕਿ ਬਿਲਕੁਲ ਦੇਸੀ ਸੀ, ਕਰੋੜਾਂ ਰੁਪਈਆਂ ਦਾ ਪਾਣੀ ਹੈ ਜਿਹੜਾ ਉੱਥੇ ਲੱਗਿਆ, ਕਿਉਂਕਿ ਫਸਲੇਰੀ ਤੋਂ ਬਿਨਾਂ ਤੁਸੀਂ ਪਾਣੀ ਨਹੀਂ ਪੀ ਸਕਦੇ, ਦੂਜਾ ਪਾਣੀ ਵੀ ਸਾਰਾ ਪਲਿਊਟ ਹੋ ਗਿਆ। ਸੋ ਇਹ ਅਸੀਂ ਨੇਚਰ ਦੇ ਨਾਲ ਜਿਹੜੀ ਖੇਡ ਖੇਡ ਰਹੇ ਹਾਂ, ਅਸਲ 'ਚ ਕੁਛ ਕਾਰਪੋਰੇਟਾਂ ਦੇ ਕੁਛ ਲਾਲਚ ਨੂੰ ਸੈਟਿਸਫਾਈ ਕਰਨ ਦੇ ਲਈ। ਉਹਦੇ 'ਚੋਂ ਇਹ ਤਿੰਨ ਕਾਲੇ ਕਾਨੂੰਨ ਨਿਕਲੇ ਸੀ, ਉਹਦੇ 'ਚੋਂ ਹੀ ਉਹਦਾ ਇੱਕ ਕਿਸਮ ਦਾ ਵਿਰੋਧ ਨਿਕਲਿਆ। ਲੋਕਾਂ 'ਚ ਚੇਤਨਾ ਆਈ ਤਾਂ ਹੀ ਆਪਾਂ ਅੱਜ ਆ ਗੱਲ ਕਰ ਰਹੇ ਹਾਂ, ਨਹੀਂ ਤਾਂ ਇਹ ਗੱਲ ਕਿਹਨੇ ਕਰਨੀ ਸੀ। ਇਹ ਤਾਂ ਬਹੁਤ ਸੋਹਣਾ ਵਿਕਾਸ ਹੋ ਰਿਹਾ ਸੀ, ਡਬਲ ਇਨਕਮ ਹੋ ਰਹੀ ਸੀ, ਸਾਰੇ ਥਾਈਂ ਡਬਲ ਇੰਜਨ ਸਰਕਾਰ ਹੋ ਜਾਣੀ ਸੀ। ਮਤਲਬ ਆਪਣੇ ਸਾਹਮਣੇ ਆ ਨਾ ਇਹ ਚੀਜ਼ਾਂ, ਜਿੱਥੇ ਕਿਤੇ ਵੀ ਥੋੜ੍ਹਾ ਬਹੁਤ ਕੁਛ ਦਿਖਦਾ ਹੈ ਉਹਨਾਂ ਨੂੰ, ਇੱਥੇ ਕਾਰਪੋਰੇਟ ਦੀ ਨਜ਼ਰ ਜਾਂਦੀ ਹੈ ਕਿ ਆਹ ਨੇਚੁਰਲ ਰਿਸੋਰਸਿਸ ਨੇ, ਅਸੀਂ ਇਹਨਾਂ ਨੂੰ ਸਪਲਾਈਟ ਕਰਨਾ ਹੈ। ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਉਹਨਾਂ ਨੂੰ ਪਾਸੇ ਝਾੜ ਦਿਓ। ਕੁਕੀਜ਼ ਨਾਲ ਇਹੀ ਹੋ ਰਿਹਾ ਨਾ ਮਣੀਪੁਰ ਦੇ ਵਿੱਚ, ਅਦਰਵਾਈਜ਼ ਕੀ ਹੈ, ਕੀ ਜ਼ਰੂਰਤ ਹੈ ਉਹਨਾਂ ਚੀਜ਼ਾਂ ਦੀ? ਕਿਉਂ ਅਰਬ ਕੰਟਰੀ ਸਡਨਲੀ ਦਵੇਂ ਹੀ ਅਮੀਰ ਹੋ ਗਏ? ਕਿਉਂਕਿ ਤੇਲ ਹੈ ਉੱਥੇ। ਕਿਉਂ ਉੱਥੇ ਇੰਨੀਆਂ ਲੜਾਈਆਂ ਲੱਗੀਆਂ? ਆਪਣੇ ਸਾਹਮਣੇ ਨੇ ਉਹ ਚੀਜ਼ਾਂ। ਸੋ ਇੱਕ ਖਾਸ ਕਿਸਮ ਦਾ ਵਰਲਡ ਦੇ ਵਿੱਚ ਇੱਕ ਪੈਰਾਨੋਇਡ ਕਿਸਮ ਦੀ ਜਿਹੜੀ ਲੀਡਰਸ਼ਿਪ ਹੈ, ਇਕਨੋਮਿਕ ਸਿਸਟਮ ਦੇ ਉੱਪਰ ਜਿਹੜੀ ਕਾਬਜ਼ ਹੈ, ਉਹ ਸਾਰੇ ਸਾਧਨਾਂ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੇ ਨੇ ਹਰ ਕੀਮਤ, ਪਰ ਉਹਨਾਂ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ। ਪਰ ਇਹ ਲੋਕਾਂ ਨੂੰ ਹੌਲੀ ਹੌਲੀ ਹੁਣ ਚੇਤਨਾ ਆ ਰਹੀ ਹੈ। ਵੈਸਟ ਦੇ ਵਿੱਚ ਵੀ ਕਲਾਈਮੇਟ ਦੇ ਬਹੁਤ ਐਕਟਿਵਿਸਟ ਨੇ, ਬਹੁਤ ਰੌਲਾ ਰੱਪਾ ਪੈ ਰਿਹਾ, ਸਾਡੇ ਸਾਹਮਣੇ ਚੀਜ਼ਾਂ ਆ ਰਹੀਆਂ ਨੇ। ਤੁਸੀਂ ਦੇਖੋ ਨਾ ਕਿੱਡੀ ਵੱਡੀ ਸਾਜਿਸ਼ ਦੇ ਤਹਿਤ ਉਹ ਬੰਦੇ ਨੂੰ ਅਮਰੀਕਾ ਤੋਂ ਸੱਦ ਕੇ, ਜਿਹਦਾ ਖੇਤੀ ਨਾਲ ਕੋਈ ਤਲਕ ਨਹੀਂ, ਕਿਸੇ ਕਿਸਾਨ ਜਿੱਥੇ ਬੰਦੇ ਨੂੰ ਨਹੀਂ ਪੁੱਛਿਆ ਗਿਆ, ਕਿਸੇ ਕਿਸਾਨ ਲੀਡਰ ਨੂੰ ਨਹੀਂ ਪੁੱਛਿਆ ਗਿਆ। ਮਤਲਬ ਉਹ ਵੀ ਤੁਹਾਡੀ ਇਨਕਮ ਅਸੀਂ ਦੁੱਗਣੀ ਕਰਨੀ, ਅਮਰੀਕਾ ਤੋਂ ਕੋਈ ਗੁਜਰਾਤੀ NRI ਆ ਕੇ ਜਿਹੜਾ ਸ਼ਰਦ ਮਰਾਠੇ ਆ ਉਹ ਦੱਸੂਗਾ ਫਾਰਮੂਲਾ, ਜਿਹਨੇ ਕਦੇ ਮਤਲਬ ਪਿਆਜ਼ ਨਹੀਂ ਬੀਜਿਆ, ਲਸਣ ਨਹੀਂ ਦੇਖਿਆ, ਕਿਤੇ ਥੱਲੇ ਲੱਗਦਾ ਕਿ ਉੱਪਰ ਲੱਗਦਾ। ਸੋ ਉਹ ਲੋਕ ਡਿਸਾਈਡ ਕਰਨਗੇ, ਫੈਸਲੇ ਕਰਨਗੇ। ਇਹ ਤਾਂ ਲੋਕਾਂ ਨੂੰ ਆਪਣੀ ਸ਼ਕਤੀ ਆਪ ਹੀ ਜਗਾਉਣੀ ਪੈਣੀ ਹੈ, ਆਪਣੇ ਹੱਥ 'ਚ ਆਪਣੀ ਕਿਸਮਤ ਦੇ ਫੈਸਲੇ ਲੈਣੇ ਪੈਣੇ ਨੇ, ਔਰ ਨੇਚਰ ਨਾਲ ਦੁਬਾਰਾ ਜੁੜਨਾ ਪੈਣਾ ਜੇ ਬਚੇ ਰਹਿਣਾ, ਨਹੀਂ ਤਾਂ ਬਸ ਆਪਣੇ ਸਾਹਮਣੇ ਹੀ ਹੈ ਜੋ ਕੁਛ ਹੋ ਰਿਹਾ। ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ ਦੇਖੋ ਗੱਲ ਤਾਂ ਇਹ ਕਿ ਜਦੋਂ ਸਾਡੇ ਵੀ ਇੱਥੇ ਸਟੇਟ ਦੀਆਂ ਭਾਵੇਂ ਖੇਤੀ ਨੀਤੀ ਤਿਆਰ ਹੁੰਦੀਆਂ ਨੇ, ਦੇਸ਼ ਦੀਆਂ ਤਿਆਰ ਹੁੰਦੀਆਂ ਨੇ, ਤਾਂ ਜਿਹੜੇ ਨੀਤੀਆਂ ਤਿਆਰ ਕਰਨ ਆਉਂਦੇ ਨੇ ਉਹ ਤਾਂ ਖਾਸ ਕਰਕੇ ਅਮੈਰੀਕਾ ਤੋਂ ਹੀ ਆਉਂਦੇ ਨੇ ਨਾ, ਜਾਂ ਅਸੀਂ ਰਸ਼ੀਆ ਦੀ ਸਲਾਹ ਲੈ ਲੈਂਦੇ ਹਾਂ ਅਸੀਂ, ਜਾਂ ਅਤੇ ਇਹ ਸਾਡੇ ਕੋਲ ਦੋ ਦੇਸ਼ ਨੇ, ਇਹਨਾਂ ਦੇ ਮਾਡਲ ਅਸੀਂ ਫੋਲੋ ਕਰ ਲੈਂਦੇ ਹਾਂ। ਤੁਸੀਂ ਦੇਖੋ ਨਾ ਸਾਡੇ ਪੰਜਾਬ ਗੌਰਮੈਂਟ ਨੇ ਭਗਵੰਤ ਸਿੰਘ ਮਾਨ ਜੀ ਸਕੂਲ ਟੀਚਰ ਦੇ ਬੱਚੇ ਨੇ, ਪਿੰਡ 'ਚ ਪੈਦਾ ਹੋਏ ਨੇ, ਬੋਸਟਨ ਗਰੁੱਪ ਤੋਂ ਅਸੀਂ ਸਲਾਹ ਲੈ ਰਹੇ ਹਾਂ ਵੀ ਖੇਤੀ ਕਿਵੇਂ ਕਰੀਏ। ਬਿਲਕੁਲ ਭਲੇ ਲੋਕੋ, ਤੁਸੀਂ ਇੱਥੇ ਜੰਮੇ ਹੋ, ਖੇਤੀ 'ਚ ਇੱਥੇ ਜੰਮੇ ਹੋ, ਉਹ ਸਾਨੂੰ ਕੀ ਦੱਸਣਗੇ? ਪੰਜਾਬ ਦਾ ਜਿਹੜਾ ਫਾਰਮਰ ਹੈ, ਪੰਜਾਬ ਦਾ ਜਿਹੜਾ ਕਿਸਾਨ ਹੈ, ਦੁਨੀਆ ਦੇ ਵਿੱਚ ਨੰਬਰ 1 ਹੈ। ਬਹੁਤ ਸਾਰੇ ਮੁਲਕਾਂ ਨੇ ਵੀ ਡਿਕਲੇਅਰ ਕੀਤਾ ਕਿ ਜੇ ਪੰਜਾਬੀ ਕਿਸਾਨ ਆਵੇ ਤਾਂ ਅਸੀਂ ਇਹਨੂੰ ਜ਼ਮੀਨ ਫ੍ਰੀ ਦੇਣ ਲਈ ਤਿਆਰ ਹਾਂ, ਕਿਉਂਕਿ ਆਪਣੀ ਮਿਹਨਤ ਮੁਸ਼ਕਤ ਦੇ ਲਈ ਅਤੇ ਇਨੋਵੇਸ਼ਨ ਦੇ ਲਈ ਇਹ ਮਸ਼ਹੂਰ ਨੇ। ਅਸੀਂ ਜਾ ਕੇ ਬੋਸਟਨ ਗਰੁੱਪ ਤੋਂ ਅਮਰੀਕਾ 'ਚੋਂ ਅਸੀਂ ਲੱਭਦੇ ਫਿਰਦੇ ਅੰਗਰੇਜ਼ਾਂ ਨੂੰ ਕਿ ਸਾਨੂੰ ਦੱਸੋ ਯਾਰ ਅਸੀਂ ਖੇਤੀ ਦਾ ਕੀ ਕਰੀਏ। ਕਮਾਲ ਦੇਖੋ ਤੁਸੀਂ, ਮਤਲਬ ਉਹਨਾਂ ਤੋਂ ਚਲੋ ਅੰਗਰੇਜ਼ੀ ਸਿੱਖਣੀ ਹੋਵੇ ਸਮਝ ਆਉਂਦੀ ਹੈ ਗੱਲ, ਉਹਨਾਂ ਤੋਂ ਕੋਈ ਪੈਂਟ ਸ਼ੈਂਟ ਪਾਉਣੀ ਸਿੱਖਣੀ ਹੋਵੇ ਸਮਝ ਆਉਂਦੀ ਹੈ ਗੱਲ, ਉਹਨਾਂ ਨੂੰ ਇਸ ਗੱਲ ਦਾ ਕੀ ਪਤਾ? ਉਹਨਾਂ ਨੇ ਤਾਂ ਆਪ ਆਪਣਾ ਉਜਾੜਾ ਕਰਿਆ ਹੋਇਆ ਉੱਥੇ, ਉਹਨਾਂ ਦੀ ਸਲਾਹਾਂ ਨਾਲ ਹੀ ਉੱਥੇ ਖੇਤੀ ਉਜੜੀ ਹੈ। ਉੱਥੇ ਉੱਥੇ 1% ਵੀ ਜਿਹੜੇ ਵਿੱਚ ਹੈਗੇ ਨੇ ਫਾਰਮਰ, ਉਹ ਵੀ ਔਰਤਾਂ ਨੇ। ਹੁਣ ਸੀਨ ਦੇਖੋ ਨਾ, ਐਗਰੀਕਲਚਰ ਦਾ ਸੀਨ ਉਹਨਾਂ ਡਿਵੈਲਪਡ ਕੰਟਰੀਜ਼ ਦਾ 2 ਮਿੰਟਾਂ 'ਚ ਸਮਝ ਆ ਜਾਂਦੀ ਹੈ ਸਾਰੀ ਗੱਲ, ਪਰ ਹੁਣ ਤਾਂ ਰਿਸਰਚ ਇਹ ਹੋ ਰਹੀ ਹੈ ਵੀ ਬਿਨਾਂ ਪਾਣੀ ਤੋਂ, ਬਿਨਾਂ ਹਵਾ ਤੋਂ, ਉਹ ਕਹਿੰਦੇ ਏਅਰ, ਮਤਲਬ ਇਜ਼ਰਾਈਲ ਦਾ ਮੈਨੂੰ ਦੱਸ ਰਿਹਾ ਸੀ ਵੀ ਏਅਰ ਐਗਰੀਕਲਚਰ ਹਵਾ 'ਚ ਹੀ, ਮਤਲਬ ਹਵਾ 'ਚ ਕੀ ਹੈ ਕਿ ਤੁਸੀਂ ਉੱਥੇ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਮਤਲਬ ਥੋੜ੍ਹਾ ਜਿਹਾ ਪੈਦਾ ਕਰਕੇ ਫੋਟੋਆਂ ਖਿੱਚ ਕੇ ਦਿਖਾ ਦਿਓ, ਕਿੰਨੀ ਕੁ ਦੇਰ ਉਹ ਚੱਲੂਗਾ? ਡਾਕਟਰ ਸਾਹਿਬ, ਆਰਟੀਫਿਸ਼ਲ ਇੰਟੈਲੀਜੈਂਸ ਨਾਲ ਵੀ ਤਾਂ ਖੇਤੀ ਹੋਊਗੀ। ਹੁਣ ਤੁਸੀਂ ਦੇਖੋ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਜਿਹੜੇ ਖਰਬਾਂ ਡਾਲਰ ਦੀ ਇਨਵੈਸਟਮੈਂਟ ਕੀਤੀ ਗਈ ਹੈ, ਉਹ ਅਜਾਈਂ ਤਾਂ ਨਹੀਂ ਜਾਣ ਦੇਣਗੇ ਨਾ। ਜਿਹੜਾ ਉਹਨਾਂ ਦਾ ਮਾਡਲ ਹੈਗਾ ਕਿ
ਵੱਡੇ ਵੱਡੇ ਕਲਸਟਰ ਫਾਰਮ ਬਣਾ ਕੇ ਇੱਥੇ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਰਾਹੀਂ ਖੇਤੀ ਕਰਾਂਗੇ, ਰੋਬੋਟ ਖੇਤੀ ਕਰਨਗੇ, ਸਾਡੇ ਕੋਲ ਇਹੋ ਜਿਹੀਆਂ ਮਸ਼ੀਨਾਂ ਹੋਣਗੀਆਂ, ਲੇਬਰ ਦੀ ਸਾਨੂੰ ਲੋੜ ਨਹੀਂ ਪੈਣੀ ਕਿਉਂਕਿ ਮਸ਼ੀਨਾਂ ਆਪਣੇ ਆਪ ਤੈਅ ਕਰ ਲਿਆ ਕਰਨਗੀਆਂ ਕਿ ਕਿਹੜੀ ਫਸਲ ਕਿੰਨੇ ਟਾਈਮ 'ਚ ਪੱਕੂਗੀ, ਕਿਹੜੀ ਫਸਲ ਦੇ ਉੱਪਰ ਕਿਹੜੀ ਸਪਰੇਅ ਹੋਊਗੀ, ਕਿਹੜੀ ਫਸਲ ਬੀਜਣੀ ਹੈ, ਕਿਹੜੀ ਫਸਲ ਨਹੀਂ ਬੀਜਣੀ। ਯਾਨੀ ਕਿ ਜੇਕਰ ਚਲੋ ਹੋ ਤਾਂ ਕੁਛ ਵੀ ਸਕਦਾ, ਪਰ ਜਿਹੜੇ ਏਜੰਡੇ ਹੁੰਦੇ ਨੇ ਕਾਰਪੋਰੇਟ ਦੇ, ਜਿਹਨਾਂ ਨੇ ਖਰਬਾਂ ਡਾਲਰ ਇਹਨਾਂ ਨੀਤੀਆਂ ਦੇ ਵਿੱਚ ਇਨਵੈਸਟ ਕੀਤੇ ਹੋਏ ਨੇ, ਸੌਖੇ ਥੋੜ੍ਹੀ ਪਿਛਾ ਮੁੜਨਗੇ ਉਹ। ਦੇਖੋ ਭੰਗੂ ਸਾਹਿਬ, ਜਿਹੜਾ ਹਿੰਟਨ ਸੀਗਾ ਜਿਹਨੂੰ ਫਾਦਰ ਆਫ ਆਰਟੀਫਿਸ਼ਲ ਇੰਟੈਲੀਜੈਂਸ ਕਹਿੰਦੇ ਨੇ, ਉਹਨੇ ਰਿਜ਼ਾਈਨ ਕਰਕੇ ਡਿਕਲੇਅਰ ਕਰਤਾ ਹੈ ਕਿ ਬੜੀ ਖਤਰਨਾਕ ਹੈ, ਪਰ ਖਤਰਨਾਕ ਲੋਕਾਂ ਦੇ ਹੱਥ 'ਚ ਜਾ ਰਹੀ ਹੈ, ਚਲੀ ਗਈ ਹੈ। ਉਹਨੂੰ ਸ਼ਾਇਦ ਯਾਦ ਹੋਣਾ ਹੈ, ਲਿਟਰੇਚਰ ਦੇ ਵਿੱਚ ਇੱਕ ਜ਼ਿਕਰ ਆਉਂਦਾ ਕਿ ਸੀਜ਼ਰ ਨੇ ਜਦੋਂ ਗਾਰਡ ਰੱਖੇ ਸੀ ਨਾ, ਜੂਲੀਅਸ ਸੀਜ਼ਰ ਨੇ, ਉਹ ਕਹਿੰਦਾ ਜੀ ਤੁਹਾਨੂੰ ਸਾਰਿਆਂ ਨੂੰ ਅਸੀਂ ਗਾਰਡ ਦੇ ਦਾਂਗੇ, ਮਤਲਬ ਉਹਨੇ ਕੌਂਸਲਰਸ ਨੂੰ ਕਿਹਾ, ਉਹ ਕਹਿੰਦੇ ਹੂ ਵਿਲ ਗਾਰਡ ਅਸ ਫਰੋਮ ਦਾ ਗਾਰਡਸ, ਕਹਿੰਦੇ ਇਹਨਾਂ ਤੋਂ ਸਾਨੂੰ ਕੌਣ ਬਚਾਊਗਾ। ਜਿਹੜੀ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਕਹਿ ਰਹੇ ਹਾਂ, ਕੰਟਰੋਲ ਕਿਹਦੇ ਹੱਥ 'ਚ ਹੈ, ਸਾਰੀ ਗੱਲ ਇਸ ਗੱਲ ਨਾਲ ਤੈਅ ਹੋ ਜਾਂਦੀ ਹੈ। ਟੈਕਨੋਲੋਜੀ ਕੁਛ ਨਹੀਂ ਤੈਅ ਕਰਦੀ, ਚਾਹੇ ਉਹ ਆਰਟੀਫਿਸ਼ਲ ਇੰਟੈਲੀਜੈਂਸ ਹੈ, ਚਾਹੇ ਉਹ ਨਿਊਕਲੀਅਰ ਬੰਬ ਹੈ, ਗੱਲ ਇਹ ਕਿ ਬਟਨ ਕਿਹਦੇ ਹੱਥ 'ਚ ਹੈ। ਜੇ ਬਟਨ ਐਸੇ ਬੰਦੇ ਦੇ ਹੱਥ 'ਚ ਹੈ ਜਿਹੜਾ ਮੂਰਖ ਹੈ, ਉਹ ਤਾਂ ਮਤਲਬ ਬਾਂਦਰ ਦੇ ਹੱਥ 'ਚ ਨਿਊਕਲੀਅਰ ਬੰਬ ਆ ਗਿਆ ਤਾਂ ਸਾਰੀ ਦੁਨੀਆਂ ਨੂੰ ਉਡਾ ਦਊਗਾ, ਖੁਦ ਵੀ ਉੱਡ ਜਾਊਗਾ। ਇਸ ਤਰ੍ਹਾਂ ਹੋਇਆ ਪਹਿਲਾਂ, ਅਸੀਂ ਅੱਜ ਤੱਕ ਜਿਹੜੇ ਐਟਮ ਬੰਬ ਜਿਹੜੇ ਚਲਾਏ ਗਏ ਸੀ, ਅਸੀਂ ਕਿਸੇ ਨੂੰ ਦੋਸ਼ੀ ਪਾਇਆ ਉਹਦੇ 'ਚ? ਬਾਕੀਆਂ ਨੂੰ ਅਸੀਂ ਸਦਾਮ ਹੁਸੈਨ ਵਰਗੇ ਨੂੰ ਪੜੀਸੀਆਂ ਫਿਰਦੇ ਹਾਂ ਕਿ ਕ੍ਰਾਈਮ ਅਗੇਂਸਟ ਹਿਊਮੈਨਕਾਈਂਡ, ਫਲਾਣਾ ਢੀਂਗ, ਵੈਪਨਸ ਆਫ ਮਾਸ ਡਿਸਟ੍ਰਕਸ਼ਨ, ਉਹੀ ਤਾਂ ਤੁਹਾਡੇ ਕੋਲ ਨੇ ਭਲੇ ਲੋਕੋ, ਜਿਹੜੇ ਤੁਸੀਂ ਕਹਿ ਰਹੇ ਹੋ ਤੁਸੀਂ ਉਹ ਤਾਂ ਕ੍ਰੀਏਟ ਕਰੇ ਸੀ, ਯਾਰ ਉੱਥੋਂ ਨਿਕਲੇ ਨਹੀਂ ਉਹ। ਇਹ ਇੱਕ ਕਿਸਮ ਦਾ ਅਸੀਂ ਬਹੁਤ ਵੱਡਾ ਕ੍ਰਿਮੀਨਲ ਕਿਸਮ ਦਾ ਨੈਟਵਰਕ ਹੈਗਾ, ਜਿਹਨੂੰ ਬਹੁਤ ਸਾਰੀਆਂ ਜਥੇਬੰਦੀਆਂ ਵੀ ਉਹਦੇ ਵਿੱਚ ਲੱਗੀਆਂ ਹੋਈਆਂ ਨੇ, ਜਿਹਨਾਂ ਨੂੰ ਥਿੰਕ ਟੈਂਕ ਵੀ ਕਹਿੰਦੇ ਨੇ। ਅਸੀਂ ਲੋਕ ਉਹਨਾਂ 'ਤੇ ਮੋਟੇ ਤੌਰ 'ਤੇ ਇੱਦਾਂ ਭਰੋਸਾ ਕਰਨੇ ਆ ਆਮ ਬੰਦੇ ਕਿ ਇਹ ਭਲੇ ਦਾ ਹੀ ਸ਼ਾਇਦ ਕੰਮ ਕਰ ਰਹੇ ਨੇ। ਐਸਾ ਕੁਛ ਨਹੀਂ ਹੈ, ਇਹ ਹੁਣ ਜਾਗਣ ਦਾ ਟਾਈਮ ਹੈ ਕਿ ਇਹ ਜੋ ਕੁਛ ਸਾਨੂੰ ਫਰੀ ਦਿੱਤਾ ਜਾ ਰਿਹਾ, ਜੋ ਕੁਛ ਪੈਸੇ ਕਰਿਆ ਜਾ ਰਿਹਾ, ਸਾਨੂੰ ਕੰਟਰੋਲ ਕਰਨ ਦੇ ਲਈ। ਸਾਡੀ ਜੇਲ੍ਹ ਦੇ ਵਿੱਚ, ਵੱਡੀ ਸਾਰੀ ਜੇਲ੍ਹ ਦੇ ਵਿੱਚ ਕਨਵਰਟ ਕਰਕੇ ਕਿ ਫੂਡ ਦੇ ਉੱਪਰ ਲੋਕਾਂ ਨੂੰ ਪਾਈ ਰੱਖੋ, ਜਿਹੜੇ ਮੁਫ਼ਤ ਦੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਨਾ ਫਰੀ ਬੀਜ, ਉਹਨਾਂ ਨੂੰ ਦਿਓ ਕਿ ਉਹ ਜਿਉਂਦੇ ਰਹਿ ਸਕਣ ਤੇ ਸਾਡੇ ਕੰਮ ਆ ਸਕਣ, ਬਸ। ਬਿਲਕੁਲ ਬਿਲਕੁਲ। ਬਾਕੀਆਂ ਨੂੰ ਡੀਪਾਪੂਲੇਟ ਕਰ ਦਿਓ, ਕਹਿੰਦੇ ਕਿਆ ਲਫ਼ਜ਼ ਲੱਭਿਆ, ਦੇਖੋ ਡੀਪਾਪੂਲੇਟ ਦਾ ਮਤਲਬ ਹੈ ਲੋਕਾਂ ਨੂੰ ਕਤਲ ਕਰ ਦਿਓ, ਲਫ਼ਜ਼ ਨਹੀਂ ਵਰਤੋ। ਸੋ ਇਹ ਚੱਲ ਰਿਹਾ ਆਪਣੇ ਸਾਹਮਣੇ ਸਿਲਸਿਲਾ, ਇਹ ਉਸ ਕੜੀ ਦਾ ਹਿੱਸਾ ਹੀ ਹੈ ਸਾਰਾ, ਗਲੋਬਲਾਈਜੇਸ਼ਨ ਵੀ ਉਹਦਾ ਹਿੱਸਾ ਸੀ। ਮਨਮੋਹਨ ਸਿੰਘ ਨੇ ਜਿਹੜੇ 91 ਦੇ ਵਿੱਚ ਕਰੇ ਸੀ ਸੁਧਾਰ, ਐਲ ਪੀ ਜੀ ਕਹਿੰਦੇ ਸੀ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਅਕਸਰ ਸਾਹਮਣੇ ਆ। ਆਪਾਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ, ਕਿਸਾਨਾਂ ਦਾ ਜੀ ਉਹਨਾਂ ਨੇ ਮਤਲਬ ਮਰਾਠੇ ਨੂੰ ਕਿਉਂ ਬਣਾ ਦਿੱਤਾ, ਜਦੋਂ ਐਜੂਕੇਸ਼ਨ ਪ੍ਰਾਈਵੇਟ ਕਰੀ ਹੈ, ਉਹ 'ਚ ਬਿਰਲੇ ਉਹਨਾਂ ਦੀ ਕਮੇਟੀ ਸੀ। ਮੈਨੂੰ ਦੱਸੋ ਕਿਸੇ ਅਕੈਡਮੀਸ਼ੀਅਨ ਦੀ, ਪ੍ਰੋਫੈਸਰਾਂ ਦੀ, ਕਿਸੇ ਦੀ ਬਣਾਉਂਦੇ ਸਮਝ ਆਉਂਦੀ ਵੀ ਐਜੂਕੇਸ਼ਨ ਕਿੱਦਾਂ ਦੀ ਹੋਵੇ? ਉਹ ਬਿਜ਼ਨਸਮੈਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਜੀ ਐਜੂਕੇਸ਼ਨ ਕਿੱਦਾਂ ਦੀ ਹੋਵੇ, ਉਹਨਾਂ ਨੇ ਦੱਸਤਾ ਵੀ ਇੱਦਾਂ ਦੀ ਹੋਵੇ। ਆਪਣੇ ਸਾਹਮਣੇ ਪ੍ਰਾਈਵੇਟ ਯੂਨੀਵਰਸਿਟੀਆਂ ਡਿਗਰੀਆਂ ਵੇਚੀ ਜਾਂਦੀਆਂ ਨੇ, ਧੇਲੇ ਦੀ ਕਿਸੇ ਨੂੰ ਨਹੀਂ, ਨਾ ਪਤਾ ਹੈ ਨਾ ਸਤਹ ਕੁਛ, ਪਰ ਉਹ ਉਸ ਤਰੀਕੇ ਦੇ ਨਾਲ ਇੱਕ ਖਾਸ ਕਿਸਮ ਨਾਲ ਮੀਡੀਆ ਅਤੇ ਸੋਸ਼ਲ ਮੀਡੀਆ ਇਨਫਰਮੇਟਿਵ ਨੂੰ ਅਡਿਕਟਡ ਕਿਸਮ ਦੀ ਜਨਰੇਸ਼ਨ ਪੈਦਾ ਕੀਤੀ ਜਾ ਰਹੀ ਹੈ ਆਪਣੇ ਸਾਹਮਣੇ ਆ। ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ, ਗੱਲ ਤਾਂ ਇਹ ਹੈ ਕਿ ਪੋਪੂਲੇਸ਼ਨ ਹੈ ਹਿੰਦੁਸਤਾਨ ਦੇ ਵਿੱਚ, ਇੱਥੇ ਵੱਡੀ ਮਾਰਕੀਟ ਹੈ, ਇੱਕ ਮਾਰਕੀਟ ਬਣੀ ਵੀ ਹੋਈ ਹੈ, ਮਾਰਕੀਟ ਬਣ ਵੀ ਸਕਦੀ ਹੈ, ਇੱਥੇ ਲੈਂਡ ਹੋਲਡਿੰਗ ਹੈ, ਅਤੇ ਇੱਥੇ ਉਦਯੋਗ ਦੇ ਲਈ, ਕਾਰਪੋਰੇਟ ਦੇ ਲਈ, ਕਾਰਪੋਰੇਸ਼ਨਾਂ ਦੇ ਲਈ ਇੱਕ ਵੱਡੀ ਸਪੇਸ ਹੈ। ਹੁਣ ਵੱਡੇ ਵੱਡੇ ਦੇਸ਼ਾਂ ਨੂੰ ਤਾਂ ਲੱਗਦਾ ਕਿ ਉਹਨਾਂ ਲਈ ਤਾਂ ਆਹ ਚੀਜ਼ ਸੋਨੇ 'ਤੇ ਸੁਹਾਗਾ, ਅਤੇ ਸੋਨੇ 'ਤੇ ਸੁਹਾਗਾ ਹਾਂ, ਉੱਪਰੋਂ ਇਹ ਹੋ ਜਾਂਦਾ ਕਿ ਸਾਡੇ ਹੀ ਲੋਕ ਨੇ, ਸਾਡੀਆਂ ਸਰਕਾਰਾਂ, ਗਵਰਨਮੈਂਟ ਸਾਡੀਆਂ ਨੇ, ਜਿਵੇਂ ਕਹਿ ਦੇਣਗੇ ਉੱਦਾਂ ਹੋ ਜਾਊਗਾ। ਅਤੇ ਜਦੋਂ ਪਿੱਛੋਂ ਸਲਾਹਕਾਰ ਵੀ ਕਹਿੰਦੇ ਨੇ ਕਿ ਹੁਣ ਨਹੀਂ ਤਾਂ ਕਦੇ ਨਹੀਂ, ਅਭੀ ਨਹੀਂ ਤਾਂ ਕਭੀ ਨਹੀਂ, ਹੁਣੇ ਸਹੀ ਟਾਈਮ ਹੈ, ਪਰ ਸਰਕਾਰਾਂ ਨੂੰ ਲੱਗਦਾ ਕਿ ਹੁਣੇ ਸਹੀ ਟਾਈਮ ਆ, ਸਾਡੇ ਬੰਦੇ ਵੀ ਕਹਿ ਰਹੇ ਨੇ ਹੁਣ ਤਾਂ। ਸੋ ਇਹਨਾਂ ਇਹਨਾਂ ਗੱਲਾਂ ਕਰਕੇ ਕੋਵਿਡ ਦੇ ਉੱਪਰ ਸਵਾਲ ਉੱਠਦੇ ਨੇ ਕਿ ਉਹ ਵੀ ਕਿਤੇ ਐਂ ਤਾਂ ਨਹੀਂ ਸੀ ਕੁਛ ਪੜਦੇ ਦੇ ਪਿੱਛੇ ਲਾਗੂ ਕਰਨਾ ਸੀ, ਇਸ ਕਰਕੇ ਤੁਸੀਂ ਲੰਮਾ ਖਿੱਚਿਆ, ਆਰਟੀਫਿਸ਼ਲ ਬਣਾਇਆ, ਕੁਛ ਵੀ ਲਾ ਲਓ। ਸੋ ਡਾਕਟਰ ਸਾਹਿਬ, ਗੱਲਾਂ ਤਾਂ ਵੱਡੀਆਂ ਨੇ, ਸੱਚਮੁੱਚ ਸਾਡੇ ਲੋਕਾਂ ਨੂੰ ਅਵੇਅਰ ਹੋਣਾ ਪੈਣਾ, ਸੋਚਣਾ ਪੈਣਾ ਇਹਨਾਂ ਗੱਲਾਂ ਬਾਰੇ, ਨਹੀਂ ਤਾਂ ਕਿਤੇ ਉਹ ਦਿਨ ਆਊਗਾ ਕਿ ਹੱਥ ਦੇ ਵਿੱਚ ਡੱਬਾ ਹੋਊਗਾ, ਫੈਕਟਰੀ ਦਾ ਗੇਟ ਖੁੱਲ੍ਹਾ ਹੋਊਗਾ, ਜੇਕਰ ਲੋਕ ਅਵੇਅਰ ਨਾ ਹੋਏ। ਉੱਦਾਂ ਦੇ ਹਾਲਾਤ ਖੈਰ ਹੁਣ ਬਣ ਵੀ ਰਹੇ ਨੇ, ਪ੍ਰਵਾਸ ਵੀ ਵੱਡੇ ਪੱਧਰ ਉੱਪਰ ਹੋ ਰਿਹਾ, ਸਾਰੇ ਉਸੇ ਮਾਰਕੀਟ ਦਾ, ਭਾਵੇਂ ਨਸ਼ਾ ਹੋ ਗਿਆ, ਪ੍ਰਵਾਸ ਹੋ ਗਿਆ, ਖੇਤੀ ਹੋ ਗਈ, ਪੋਲੀਟਿਕਸ ਹੋ ਗਈ, ਆਰਥਿਕਤਾ ਹੋ ਗਈ, ਵਿਕਾਸ ਹੋ ਗਿਆ, ਉਸੇ ਕਿਤੇ ਨਾ ਕਿਤੇ ਉਸੇ ਇੱਕ ਘੜੀ ਦੇ ਸਾਰੇ ਇਹ ਮਾਰਕੀਟ ਦੇ ਪਹਿਲੂ ਨੇ। ਸੋ ਸਾਨੂੰ ਸੋਚਣੇ ਵਿਚਾਰਨੇ ਪੈਣਗੇ। ਤੁਸੀਂ ਬੜੇ ਵਾਖੂਬੀ ਤਰੀਕੇ ਦੇ ਨਾਲ ਸਾਰਾ ਕੁਛ ਬਿਆਨ ਕੀਤਾ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ, ਧੰਨਵਾਦ। ਸ਼ੁਕਰੀਆ ਸਾਹਿਬ, ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
ਸੋ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਡਾਕਟਰ ਹਰਵਿੰਦਰ ਸਿੰਘ ਭੱਟੀ। ਅਹਿਮ ਵਿਸ਼ੇ 'ਤੇ ਗੱਲਬਾਤ ਕੀਤੀ ਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਉਸਦੀ ਜਿਹੜੀ ਨੀਂਹ ਸੀ ਉਹ ਨੀਂਹ ਆਖਰ ਕਿੱਥੇ ਬੰਨੀ ਗਈ ਉਹਦੇ 'ਤੇ ਗੱਲਬਾਤ ਕੀਤੀ। ਤੁਸੀਂ ਸਾਰੀ ਗੱਲਬਾਤ ਸਮਝੀ, ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਾਂ ਨਾਲ ਪੰਜਾਬੀ। ਧੰਨਵਾਦ।